ਸ਼ਿਵ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਕੱਚੋਂ ਕੰਚਨ ਪਇਓ ਸ਼ਬਦ ਗੁਰ ਸਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਥਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰ ਚਰਨ ਜਿਨ ਪਰਸਿਆ ਸੇ ਪਛ ਪ੍ਰੇਤ ਸੁਰ ਨਰ ਭਏ ਧਰ ਜੀ ਅਰੇ ਇੱਕ ਟੇਕ ਤੂੰ ਉਲਾਹ ਬੈਦਾਨੀ ਆਸ ਨਾਨਕ ਨਾਮ ਤੇ ਆਈਐ ਕਾਰਜ ਆਵੈ ਰਾਸ ਗੁਰਪੁਰਾ ਜਿਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਿੱਖੀ ਲਹਿਰ ਦੇ ਸਮੁੱਚੇ ਜਥੇ ਵੱਲੋਂ ਆਪ ਜੀ ਦੇ ਇਸ ਇਲਾਕੇ ਵਿੱਚ ਅੱਜ ਦਿਨ ਵੇਲੇ ਦਾ ਗੁਰਮੁਖ ਸਮਾਗਮ ਰੱਖਿਆ ਗਿਆ ਹੈ, ਜਿਸ ਵਿੱਚ ਆਪ ਜੀ ਹਾਜ਼ਰੀਆਂ ਭਰਦਿਆਂ ਹੋਇਆਂ ਸਭ ਤੋਂ ਪਹਿਲਾਂ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਹੁਣਾਂ ਪਾਸੋਂ ਸ਼ਰਵਣ ਕੀਤਾ ਹੈ। ਉਸ ਤੋਂ ਉਪਰੰਤ ਭਾਈ ਹਰਜਿੰਦਰ ਸਿੰਘ ਜੀ ਸਵਰਾਜ ਤਿਨਾਂ ਨੇ ਬੜੀਆਂ ਹੀ ਸੁੰਦਰ ਵਿਚਾਰਾਂ ਗੁਰਬਾਣੀ ਅਤੇ ਇਤਿਹਾਸ ਦੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਹਨ। ਆਓ ਕੁਝ ਸਮਾਂ ਹੋਰ ਸਤਿਗੁਰ ਦੀ ਬਾਣੀ ਦੀਆਂ ਵਿਚਾਰਾਂ ਸਾਂਝ ਕਰਨ ਤੋਂ ਪਹਿਲਾਂ ਅਦੂ ਸਤਿਕਾਰ ਦੇ ਨਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਅਦੂ ਸਤਿਕਾਰ ਨਾ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਗਿਆਤ ਵਾਸਤੇ ਦੱਸ ਦਈਏ ਕਿ ਇਹ ਸਮਾਗਮ ਕੇਵਲ ਆਪ ਹੀ ਨਹੀਂ ਸਰਵਣ ਕਰ ਰਹੇ, ਇੰਟਰਨੈਟ ਮਾਧਿਅਮ ਰਾਹੀਂ ਸਿੱਖੀ ਲਹਿਰ ਰੇਡੀਓ ਜੋ ਤੁਹਾਡੀ ਆਵਾਜ਼ ਜੋ ਇੱਥੇ ਵਿਚਾਰਾਂ ਹੋ ਰਹੀਆਂ ਹਨ ਉਹ ਦੇਸ਼ ਵਿਦੇਸ਼ ਵਿੱਚ ਵੱਖ ਵੱਖ ਥਾਵਾਂ 'ਤੇ ਜਿਨ੍ਹਾਂ ਨੂੰ ਵੀ ਗੁਰਮਤਿ ਸੁਣਨ ਦਾ ਸ਼ੌਂਕ ਹੈ, ਚਾਅ ਹੈ, ਉਹ ਆਪਣੇ ਘਰਾਂ ਵਿੱਚ ਬੈਠ ਕੇ ਸਫ਼ਰ ਕਰਦੇ ਆ ਮੋਬਾਈਲ ਰਾਹੀਂ ਲੈਪਟੋਪ ਰਾਹੀਂ ਸਰਵਣ ਕਰ ਰਹੇ ਹਨ। ਇਸ ਕਰਕੇ ਸਤਸੰਗ ਜੀ ਕੁਝ ਸਮਾਂ ਆਪਾਂ ਪਾਵਨ ਬਾਣੀ ਦੀਆਂ ਤੁਕਾਂ ਨੂੰ ਰਲ ਕੇ ਪੜ੍ਹਨਾ ਹੈ, ਰਲ ਕੇ ਪਾਵਨ ਬਾਣੀ ਦੀਆਂ ਇਹਨਾਂ ਤੁਕਾਂ ਦਾ ਆਪਾਂ ਪਾਠ ਕਰਨਾ ਹੈ, ਮਨ ਦੀ ਇਕਾਗਰਤਾ ਬਣਾਉਣੀ ਹੈ। ਬਾਹਰ ਖਲੋਤੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਤੇ ਸੇਵਾ ਕਰ ਰਹੇ ਨੇ ਮੁਬਾਰਕ ਹੈ, ਜਿਹੜੇ ਵੈਸੇ ਬਾਹਰ ਖੜ੍ਹੇ ਨੇ ਬੜੇ ਟਿਕਾਣ ਨਾਲ ਬੈਠੋ, ਕਿਉਂਕਿ ਇੱਦਾਂ ਦੇ ਸਮਾਗਮ ਨਾ ਤਾਂ ਰੋਜ਼ ਸਬੱਬ ਬਣਦਾ ਹੈ ਨਾ ਕੀਤੇ ਜਾ ਸਕਦੇ ਨੇ, ਕਦੀ ਕਦੀ ਇੱਦਾਂ ਦਾ ਸਬੱਬ ਬਣਦਾ ਹੈ ਅਤੇ ਜਦੋਂ ਅਸੀਂ ਆ ਹੀ ਗਏ ਹਾਂ ਅਤੇ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਗੋਦ ਵਿੱਚ ਬੈਠਣ ਦਾ ਯਤਨ ਕਰੀਏ। ਆਓ ਸਾਰੀ ਸੰਗਤ ਇੱਕ ਵਾਰ ਇਹਨਾਂ ਤੁਕਾਂ ਨੂੰ ਰਲ ਕੇ ਪੜ੍ਹੀਏ, ਫਿਰ ਆਪਾਂ ਵਿਚਾਰ ਸਾਂਝੇ ਕਰਦੇ ਹਾਂ। ਗੁਰਪੁਰਾ ਜਿਨ ਸਿਮਰਿਆ
ਗੁਰਪੂਰਾ ਜਿਨ ਸਿਮਰਿਆ ਗੁਰਪੂਰਾ ਜਿਨ ਸਿਮਰਿਆ ਗੁਰਪੂਰਾ ਜਿਨ ਸਿਮਰਿਆ ਸੇਈ ਪੈ ਨਿਹਾਲ ਨਾਨਕ ਨਾਮ ਆਰਾਧਣਾ ਨਾਨਕ ਨਾਮ ਆਰਾਧਣਾ ਕਾਰਜ ਆਵੈ ਰਾਸ ਕਾਰਜ ਆਵੈ ਰਾਸ ਸਿੱਖੋ ਸ਼ਬਦ ਪਿਆਰਿਓ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਤੇਕ ਜਨਮ ਮਰਨ ਕੀ ਤੇਕ ਮੁਖਿਯੂ ਜਲ ਸਦਾ ਸੁਖੀ ਮੁਖਿਯੂ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਨਾਨਕ ਸਿਮਰਤ ਏਕ ਤਰ ਜੀ ਅਰੇ ਇੱਕ ਟੇਕ ਤੂੰ ਤਰ ਜੀ ਅਰੇ ਇੱਕ ਟੇਕ ਤੂੰ ਲਹਾ ਬੇਡਾਨੀ ਆਸ ਲਹਾ ਬੇਡਾਨੀ ਆਸ ਨਾਨਕ ਨਾਮ ਧਿਆਈ ਹੈ ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ ਕਾਰਜ ਆਵੈ ਰਾਸ ਕਿਸ ਹੀ ਕੋਈ ਕੋਏ ਕਿਸ ਹੀ ਕੋਈ ਕੋਏ ਨਿਮਾਣੀ ਇੱਕ ਤੂੰ ਮੰਜ ਨਿਮਾਣੀ ਇੱਕ ਤੂੰ ਮੰਜ ਨਿਮਾਣੀ ਇੱਕ ਤੂੰ ਮੰਜ ਨਿਮਾਣੀ ਇੱਕ ਤੂੰ ਕਿਉਂ ਨਾ ਮਰੀਜੈ ਰੋਏ ਕਿਉਂ ਨਾ ਮਰੀਜੈ ਰੋਏ ਜਾਂ ਲਗ ਚੇਤਨ ਆਵਹੀਂ ਜਾਂ ਲਗ ਚੇਤਨ ਆਵਹੀਂ
ਅਰੇ ਇੱਕ ਟੇਕ ਤੂੰ ਧਰ ਜੀ ਅਰੇ ਇੱਕ ਟੇਕ ਤੂੰ ਲਹਾ ਬੇਡਾਨੀ ਆਸ ਲਹਾ ਬੇਡਾਨੀ ਆਸ ਨਾਨਕ ਨਾਮ ਧਿਆਈ ਹੈ ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ ਕਾਰਜ ਆਵੈ ਰਾਸ ਬੜੀ ਕੀਮਤੀ ਗੱਲ ਸਤਿਗੁਰ ਮਹਾਰਾਜ ਨੇ ਇਹਨਾਂ ਸਲੋਕਾਂ ਵਿੱਚ ਕਹੀ ਹੈ ਹੇ ਜੀਅਰੇ ਹੇ ਮਨ ਇੱਕ ਦੇ ਉੱਪਰ ਭਰੋਸਾ ਰੱਖ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਪਰਮਾਤਮਾ ਦੀ ਇੱਕ ਰੱਬ ਦੀ ਗੱਲ ਕੀਤੀ ਹੈ ਭਾਵੇਂ ਕਿ ਕੋਈ ਵੀ ਸਿਰ ਇਸ ਤਰ੍ਹਾਂ ਦਾ ਨਹੀਂ ਜਿਹੜਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਰ ਅੱਗੇ ਅਦਬ ਸਤਿਕਾਰ ਦੇ ਨਾਲ ਝੁਕਦਾ ਨਹੀਂ ਪਰ ਜਦੋਂ ਆਣ ਕੇ ਵਿਸ਼ਵਾਸ ਕਰਨ ਦੀ ਗੱਲ ਆਉਂਦੀ ਹੈ ਭਰੋਸਾ ਕਰਨ ਦੀ ਗੱਲ ਆਉਂਦੀ ਹੈ ਉਦੋਂ ਮੇਰੇ ਖਿਆਲ 'ਚ ਦੂਜਿਆਂ ਨਾਲੋਂ ਵੀ ਅਸੀਂ ਅੱਗੇ ਵੱਧ ਕੇ ਅਨੇਕਤਾ ਦੀ ਪੂਜਾ ਵਿੱਚ ਜੁਟੇ ਹੋਏ ਹਾਂ ਜਿਨ੍ਹਾਂ ਕੋਲ ਹੈ ਕੁਝ ਨਹੀਂ ਉਹਨਾਂ ਨੂੰ ਅਫਸੋਸ ਵੀ ਕੋਈ ਨਹੀਂ ਉਹ ਕਹਿੰਦੇ ਸਾਡਾ ਤੀ ਸ਼ਰਧਾ ਹੀ ਇੱਕ ਤੇ ਨਹੀਂ ਹੈ ਸਾਡੇ ਤੇ ਵੱਖਰੇ ਵੱਖਰੇ ਭਗਵਾਨ ਨੇ ਜਿੱਦਾਂ ਦੀ ਸਾਡੀ ਸੋਚ ਹੈ ਉੱਦਾਂ ਦੇ ਰੱਬ ਬਣਾ ਕੇ ਸਾਡੇ ਸਾਹਮਣੇ ਪੇਸ਼ ਕੀਤੇ ਹਨ ਪਰ ਇਹ ਗੱਲ ਸਿੱਖ ਤਾਂ ਨਹੀਂ ਨਾ ਕਹਿ ਸਕਦਾ ਚਲੋ ਤੁਸੀਂ ਕਿਸੇ ਦੂਜੇ ਗੈਰ ਮਾਧੇ ਵਿਅਕਤੀ ਨਾਲ ਗੱਲ ਕਰੋ ਅਤੇ ਉਹਦੇ ਕੋਲ ਤਾਂ ਹੋਏਗਾ ਵੇਖੋ ਜੀ ਸਾਡਾ ਤਾਂ ਭਗਵਾਨ ਹੀ ਇੱਕ ਨਹੀਂ ਸਾਡੀ ਕੋਈ ਦੇਵੀ ਦੇਵਤਾ ਹੀ ਇੱਕ ਨਹੀਂ ਇਸ ਕਰਕੇ ਅਸੀਂ ਇੱਕ ਦੀ ਗੱਲ ਕਿਵੇਂ ਕਰ ਸਕਦੇ ਹਾਂ ਪਰ ਕੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਿੱਖ ਝੁਕਾਉਣ ਸਿਰ ਝੁਕਾਉਣ ਵਾਲਾ ਅਤੇ ਸਿੱਖ ਪਰਿਵਾਰ ਦੇ ਨਾਲ ਆਪਣਾ ਸੰਬੰਧ ਰੱਖਣ ਵਾਲਾ ਇਹ ਗੱਲ ਕਹਿ ਸਕਦਾ ਭਲਾ ਕਿ ਅਸੀਂ ਕੀ ਕਰੀਏ ਜੀ ਅਸੀਂ ਥਾਂ ਥਾਂ 'ਤੇ ਤਾਂ ਜਾ ਕੇ ਮੱਥਾ ਟੇਕਦੇ ਹਾਂ ਸਾਨੂੰ ਕਿਹੜੀ ਇੱਕ ਦੀ ਗੱਲ ਬਾਣੀ ਸਿਖਾਈ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਤਾਂ ਆਰੰਭਤਾ ਹੀ ਇੱਕ ਓਂਕਾਰ ਤੋਂ ਹੈ ਇੱਕ ਦਾ ਅਰਥ ਹੀ ਕੀ ਹੈ ਵੀ ਪਰਮਾਤਮਾ ਇੱਕ ਹੈ ਵੀ ਬੰਦਿਆ ਤੂੰ ਵੀ ਇੱਕ ਹੋ ਜਾ ਆਪਣੇ ਜੀਵਨ ਦੇ ਵਿੱਚ ਫਿਰ ਜਦੋਂ ਰੱਬ ਦੀ ਗੱਲ ਕੀਤੀ ਵੀ ਪਰਮੇਸ਼ਰ ਇੱਕ ਹੈ ਅਤੇ ਨਾਲ ਊੜੇ ਦਾ ਮੂੰਹ ਖੁੱਲ੍ਹਾ ਕਰਕੇ ਸੰਕੇਤ ਦਿੱਤਾ ਵੀ ਕਿਤੇ ਇਹ ਭੁਲੇਖੇ 'ਚ ਨਾ ਰਹੀ ਵੀ ਜਿਹੜਾ ਇੱਕ ਹੈ ਉਹ ਕੇਵਲ ਜਿੱਥੇ ਤੂੰ ਹੈ ਉੱਥੇ ਬੈਠਾ ਹੈ ਉਹ ਸਰਬ ਇੱਕ ਰਸ ਵਿਆਪਕ ਹੈ ਉਹ ਜਲ ਥਲ ਮਹੀਅਲ ਪੂਰਿਆ ਰਵਿਆਂ ਵਿੱਚ ਵਣਾ ਵੀ ਕੋਈ ਐਸਾ ਥਾਂ ਨਹੀਂ ਜਿੱਥੇ ਉਹ ਮਾਲਕ ਇੱਕ ਰਸ ਵਿਆਪਕ ਨਹੀਂ ਪਰ ਫਿਰ ਵੀ ਸਾਡੇ ਅੰਦਰ ਇਹ ਬੇਚੈਨੀ ਲੱਗੀ ਹੋਈ ਹੈ ਥਾਂ ਥਾਂ 'ਤੇ ਮਨੁੱਖ ਸਿਜਦਾ ਕਰਦਾ ਕਾਰਨ ਕੀ ਹੈ ਸਭ ਤੋਂ ਵੱਡਾ ਕਾਰਨ ਤਾਂ ਭਾਈ ਸਾਹਿਬ ਨੇ ਹੁਣੇ ਸਾਡੇ ਨਾਲ ਸਾਂਝਾ ਕੀਤਾ ਕਿ ਸਾਨੂੰ ਪੜ੍ਹਨ ਦਾ ਸ਼ੌਂਕ ਨਹੀਂ ਸਿੱਖ ਕੌਮ ਦਾ ਰਸਾਤਲ ਵੱਲ ਬੰਨੇ ਜਾਣਾ ਇੱਕ ਬਹੁਤ ਵੱਡਾ ਇਹ ਹਿੱਸਾ ਹੈ ਕਿ ਅਸੀਂ ਆਪ ਪੜ੍ਹਨਾ ਛੱਡ ਦਿੱਤਾ ਹੈ ਵੀ ਚਲੋ ਜਿਸ ਬੰਦੇ ਦੇ ਕੋਲ ਅੱਖਰੀ ਗਿਆਨ ਨਹੀਂ ਉਹ ਤਾਂ ਕਹਿ ਸਕਦਾ ਹੈ ਕਿ ਮੈਨੂੰ ਕੋਈ ਦੱਸਣ ਵਾਲਾ ਨਹੀਂ ਮੈਨੂੰ ਤਾਂ ਪੜ੍ਹਨਾ ਨਹੀਂ ਸੀ ਆਉਂਦਾ ਪਰ ਹੈਰਾਨੀ ਉਦੋਂ ਹੁੰਦੀ ਹੈ ਵੀ ਜਿਨ੍ਹਾਂ ਨੂੰ ਪੜ੍ਹਨਾ ਲਿਖਣਾ ਵੀ ਆਉਂਦਾ ਹੈ ਨਾ ਉਹਨਾਂ ਨੇ ਸਤਿਗੁਰ ਦੀ ਬਾਣੀ ਆਪ ਪੜ੍ਹਨ 'ਤੇ ਵਿਚਾਰਨ ਦਾ ਯਤਨ ਨਹੀਂ ਕੀਤਾ ਜਿਨ੍ਹਾਂ ਨੇ ਸੰਸਾਰ ਦੀ ਬਹੁਤ ਵਿੱਦਿਆ ਪੜ੍ਹ ਲਈ ਕਦੀ ਵੇਖ ਲਓ ਤੁਸੀਂ ਪੜ੍ਹੇ ਲਿਖੇ ਵਿਅਕਤੀ ਵੀ ਵਹਿਮਾਂ ਭਰਮਾਂ ਵਿੱਚ ਪਏ ਹੋਏ ਨੇ ਚਲੋ ਅਨਪੜ੍ਹਤਾ ਬਾਰੇ ਆਮ ਇਹ ਖਿਆਲ ਹੁੰਦਾ ਵੀ ਜਿਹੜਾ ਅਨਪੜ੍ਹ ਬੰਦਾ ਹੁੰਦਾ ਨਾ ਜਦੋਂ ਕੋਈ ਅੱਖਰੀ ਗਿਆਨ ਨਹੀਂ ਵੀ ਜਿਹੜਾ ਐਜੂਕੇਸ਼ਨ ਹੀ ਲੈ ਸਕਿਆ ਵਿੱਦਿਆ ਹੀ ਨਹੀਂ ਲੈ ਸਕਿਆ ਉਸ ਬੰਦੇ ਦੇ ਕੋਲ ਤਾਂ ਬਹੁਤ ਹੀ ਨਹੀਂ ਗਿਆਨ ਨਹੀਂ ਉਸ ਬੰਦੇ ਦਾ ਭਟਕਣਾ ਤਾਂ ਸੁਭਾਵਿਕ ਸੀ ਵੀ ਕੁਰਾਏ ਪੈ ਗਿਆ ਪਰ ਜਿਸ ਬੰਦੇ ਦੇ ਕੋਲ ਗਿਆਨ ਹੈ ਅੱਖਰੀ ਗਿਆਨ ਹੈ ਜਿਹਨੂੰ ਸਮਝ ਹੈ
ਐਸੇ ਜਿਹੜੇ ਸਾਇੰਸ ਵਿਗਿਆਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਹੈਰਾਨੀ ਹੁੰਦੀ ਹੈ ਵੀ ਉਹ ਵੀ ਲੋਕ ਵਹਿਮਾਂ ਭਰਮਾਂ ਪਖੰਡਾਂ ਕਰਮਕਾਂਡਾਂ ਜੋਤਸ਼ੀਆਂ ਪਾਂਧਿਆਂ ਦੇ ਕੋਲੋਂ ਆਪਣੀ ਆਰਥਿਕ ਲੁੱਟ ਕਰਵਾ ਰਹੇ ਹਨ। ਹੁਣ ਕਿਹੜੀ ਕੀਮਤੀ ਗੱਲ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਹੀ, 567 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇੱਕ ਓਅੰਕਾਰ ਦੀ ਵਰਤੋਂ ਕੀਤੀ। ਚਾਰ ਰੂਪਾਂ ਵਿੱਚ ਮੰਗਲਾਚਰਨ ਆਉਂਦਾ ਅਤੇ ਹਰ ਮੰਗਲਾਚਰਨ ਦੇ ਆਰੰਭ ਵਿੱਚ ਇੱਕ ਓਅੰਕਾਰ ਜ਼ਰੂਰ ਵਰਤੇ। ਜਦੋਂ ਵੀ ਸਤਿਗੁਰੂ ਜੀ ਕੋਈ ਬਾਣੀ ਆਰੰਭ ਕਰਦੇ ਨੇ, ਜਦੋਂ ਵੀ ਸਤਿਗੁਰੂ ਜੀ ਕੋਈ ਵਾਰ ਆਰੰਭ ਕਰਦੇ ਨੇ, ਜਦੋਂ ਵੀ ਸਤਿਗੁਰੂ ਜੀ ਕੋਈ ਰਾਗ ਆਰੰਭ ਕਰਦੇ ਨੇ, ਜਦੋਂ ਵੀ ਭਗਤਾਂ ਦੀ ਬਾਣੀ ਆਰੰਭ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਇੱਕ ਓਅੰਕਾਰ ਦੀ ਗੱਲ ਕੀਤੀ ਜਾਂਦੀ ਵੀ ਇਹ ਜਿਹੜੇ ਸ਼ਬਦ ਗਾਏ ਜਾ ਰਹੇ ਨੇ, ਇਹ ਜਿਹੜੇ ਸ਼ਬਦ ਪੜ੍ਹੇ ਜਾ ਰਹੇ ਨੇ, ਇਹਦੇ ਵਿੱਚ ਵਿਆਖਿਆ ਕੇਵਲ ਅਤੇ ਕੇਵਲ ਇੱਕ ਪਰਮਾਤਮਾ ਦੀ, ਇੱਕ ਪਰਮਾਤਮਾ 'ਤੇ ਵਿਸ਼ਵਾਸ ਰੱਖਣ ਦੀ ਗੱਲ ਹੈ। ਪਰ ਮਾਰੋ ਧਿਆਨ ਸਾਧ ਸੰਗਤ, ਕਿੱਡੀ ਕੀਮਤੀ ਗੱਲ ਧੰਨ ਗੁਰੂ ਅਰਜਨ ਸਾਹਿਬ ਨੇ ਕਹੀ ਹੈ। ਧਰ ਜੀ ਅਰੇ ਇੱਕ ਟੇਕ, ਤੂੰ ਇੱਕ ਦੀ ਟੇਕ ਰੱਖ, ਲਾਹਾ ਬੇਡਾਨੀ ਆਸ, ਬੇਗਾਨਿਆਂ ਦੀ ਆਸ ਲਾ ਦੇ। ਅੱਜ ਅਸੀਂ ਬੇਗਾਨਿਆਂ ਕੋਲ ਤੁਰੇ ਫਿਰਦੇ ਇੱਕ ਨੂੰ ਛੱਡ ਕੇ ਨਾ, ਅਤੇ ਜਿਹੜੇ ਲੋਕ ਬੇਗਾਨਿਆਂ ਕੋਲ ਜਾਂਦੇ ਭਲਾ ਉਹਨਾਂ ਬਾਰੇ ਸਤਿਗੁਰ ਦੀ ਬਾਣੀ ਕੀ ਕਹਿੰਦੀ ਹੈ ਜੀ? ਪੁੱਛੋ ਬਾਬੇ ਕਬੀਰ ਨੂੰ, ਬਾਬਾ ਕਬੀਰ ਜੀ ਕੀ ਕਹਿੰਦੇ ਨੇ ਜਿਹਨਾਂ ਨੂੰ ਬਾਣੀ ਯਾਦ ਹੈ? ਨਾਲ ਨਾਲ ਪੜ੍ਹੋ, ਰੇ ਜੀ ਨਲੱਜ ਲਾਜ ਤੋਏ ਨਾਹੀ। ਨਲੱਜ ਭਲਾ ਕਿਹਨੂੰ ਕਹਿੰਦੇ ਨੇ ਸਾਧ ਸੰਗਤ, ਪਤਾ ਕਿਸੇ ਨੂੰ? ਬੇਸ਼ਰਮ ਨੂੰ, ਜਿਹਨੂੰ ਕੋਈ ਵੀ ਸ਼ਰਮ, ਬੋਲੋ ਜੀ, ਜਿਹਨੂੰ ਕੋਈ ਵੀ ਸ਼ਰਮ ਨਾ ਹੋਵੇ। ਰੇ ਜੀ ਨਲੱਜ, ਹੇ ਜੀ ਨਲੱਜ, ਲਾਜ ਤੋਏ ਨਾਹੀ। ਤੈਨੂੰ ਕੋਈ ਲਾਜ ਨਹੀਂ, ਤੈਨੂੰ ਕੋਈ ਸ਼ਰਮ ਨਹੀਂ ਆਉਂਦੀ, ਕਾਹਦੀ ਭਲਾ? ਹਰ ਤਜ, ਰੱਬ ਨੂੰ ਛੱਡ ਕੇ, ਪਰਮੇਸ਼ਰ ਨੂੰ ਛੱਡ ਕੇ, ਹਰ ਤਜ ਤਤ ਕਾਂ ਹੂੰ ਕੇ ਜਾਹੀ। ਕਿੱਥੇ ਤੁਰਿਆ ਫਿਰਦਾ ਤੂੰ, ਕਿਹੜੇ ਥਾਵਾਂ 'ਤੇ ਮੱਥਾ ਟੇਕਦਾ ਫਿਰਦਾ ਤੂੰ? ਹੁਣ ਇਹ ਏਡਾ ਵੱਡਾ, ਏਡਾ ਅਮੋਲਕ ਸਿਧਾਂਤ ਸਿੱਖ ਦੇ ਕੋਲ ਹੋਵੇ, ਇਹ ਤਾਂ ਨਹੀਂ ਉਲਾਮਾ ਦੇ ਸਕਦਾ ਕਿਸੇ ਨੂੰ ਵੀ ਮੈਨੂੰ ਤਾਂ ਕਿਸੇ ਨੇ ਦੱਸਿਆ ਨਹੀਂ ਜੀ। ਏਡਾ ਵੱਡਾ ਤੇਰੇ ਕੋਲ ਸਮੁੰਦਰ ਹੋਵੇ, ਏਡਾ ਵੱਡਾ ਅਥਾਹ ਬਾਣੀ ਦਾ ਸਾਗਰ ਹੋਵੇ, ਤੂੰ ਤਾਂ ਨਹੀਂ ਉਲਾਮਾ ਦੇ ਸਕਦਾ ਕਿਸੇ ਨੂੰ। ਹੁਣ ਮਹਾਰਾਜ ਕੀ ਕਹਿੰਦੇ ਨੇ? ਰੇ ਜੀ ਨਲੱਜ ਲਾਜ ਤੋਏ ਨਾਹੀ, ਹਰ ਤਜ ਕਤ ਕਾਂ ਹੂੰ ਕੇ ਜਾਹੀ। ਜਾਂ ਕੋ ਠਾਕੁਰ ਉੱਚਾ ਹੋਈ, ਜਿਹਦਾ ਠਾਕੁਰ ਇੰਨਾ ਉੱਚਾ ਹੋਵੇ, ਸੋ ਜਨ ਉਹਦਾ ਸੇਵਕ, ਪਰ ਘਰ ਜਾਤ ਨਾ ਸੋਹੀ। ਭਲਾ ਉਹਦਾ ਸੇਵਕ, ਏਡੇ ਵੱਡੇ ਠਾਕੁਰ ਦਾ ਸੇਵਕ ਦੂਜਿਆਂ ਦੇ ਅੱਗੇ ਤਾਂ ਏਦਾਂ ਤਲੀਆਂ ਅੱਡਦਾ ਚੰਗਾ ਲੱਗਦਾ ਭਲਾ? ਕਿਉਂ ਸਾਧ ਸੰਗਤ ਜੀ, ਡੁੱਬ ਕੇ ਮਰਨ ਵਾਲੀ ਗੱਲ ਹੀ ਹੈ ਨਾ, ਵੀ ਏਡਾ ਵੱਡਾ ਸਮੁੰਦਰ ਛੱਡ ਕੇ, ਏਡਾ ਵੱਡਾ ਸਾਗਰ ਛੱਡ ਕੇ, ਏਡਾ ਵੱਡਾ ਮੋਤੀਆਂ ਦੀ ਖਾਣ ਛੱਡ ਕੇ ਬੰਦਾ ਦੂਜਿਆਂ ਦੇ ਕੋਲ ਤਲੀਆਂ ਅੱਡੇ ਜਾ ਕੇ। ਹੁਣ ਇਹ ਜੇ ਸਿੱਖ ਨੇ ਸ਼ਬਦ ਪੜ੍ਹੇ ਹੋਣ, ਭਲਾ ਮੈਂ ਗੱਲ ਕਹਿ ਰਿਹਾ, ਮੱਥਾ ਤਾਂ ਸਾਰਿਆਂ ਟੇਕਿਆ, ਇਹਨਾਂ ਸ਼ਬਦਾਂ ਤੱਕ ਪਹੁੰਚੇ ਨਹੀਂ। ਜੇ ਸ਼ਬਦ ਪੜ੍ਹੇ ਹੋਣ, ਭਲਾ ਕੋਈ ਆਪਣੇ ਪੁੱਤਰ ਧੀ ਦੇ ਆਨੰਦ ਕਾਰਜ ਤੋਂ ਪਹਿਲਾਂ ਕਿਸੇ ਜੋਤਸ਼ੀ ਦੇ ਕੋਲ ਟੇਵਾ ਲਵਾਉਣ ਜਾਏਗਾ? ਕਿਸੇ ਦੇ ਕੋਲੋਂ ਧਾਗਾ ਤਵੀਤ ਕਰਾ ਕੇ ਆਪਣੀ ਡੌਲੇ ਨਾਲ ਬੰਨੇਗਾ? ਭਲਾ ਉਹ ਕਹੇਗਾ ਹੱਦ ਹੋ ਗਏ, ਵੀ ਤੇਰੇ ਵਰਗੇ ਬੰਦੇ ਤਾਂ ਮੇਰੇ ਗੁਰੂ ਦਾ ਪਾਣੀ ਭਰਦੇ ਭਲਿਆ, ਮੈਂ ਤੇਰੇ ਕੋਲ ਕਿਉਂ ਜਾਵਾਂ? ਪਰ ਬਾਣੀ ਗੱਲ ਆਈ ਵੀ ਨਮਸਕਾਰ ਕੀਤੀ ਹੈ, ਸਾਡੇ ਨਾਲੋਂ ਤਾਂ ਭੌਰਾ ਚੰਗਾ, ਉਹ ਵੀ ਫੁੱਲ ਦੀ ਮੁਕਰੰਦ 'ਤੇ ਬਹਿੰਦਾ। ਜਿਹੜਾ ਭੌਰਾ ਹੈ ਨਾ, ਭੌਰਾ ਤੁਸੀਂ ਨਾ ਨਕਲੀ ਫੁੱਲਾਂ ਦੇ ਵਿੱਚ ਨਾ, ਅਸਲੀ ਫੁੱਲਾਂ ਦੇ ਵਿੱਚ ਨਕਲੀ ਫੁੱਲ ਜ਼ਿਆਦਾ ਰੱਖ ਦਿਓ। ਜਿਸ 'ਤੇ ਸੱਚੀ ਮੁੱਚੀ ਫੁੱਲ ਉੱਗੇ ਹੋਣ ਨਾ, ਉਹਦੇ ਲਾਗੇ ਨਕਲੀ ਗੁਲਦਸਤੇ ਆਰਟੀਫਿਸ਼ਲ ਜੇ ਲਿਆ ਕੇ ਚੰਗਾ ਢੇਰ ਲਾ ਦਿਓ, ਭੌਰੇ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਵੀ ਇੰਨੇ ਇੰਨੀਆਂ ਜ਼ਿਆਦੀਆਂ ਫੁੱਲਾਂ ਵਿੱਚੋਂ ਉਹਨੂੰ ਅਸਲੀ ਫੁੱਲ ਦਾ ਪਤਾ ਹੀ ਨਾ ਲੱਗੇ। ਜਿੱਥੇ ਸੱਚੀ ਮੁੱਚੀ ਫੁੱਲ ਉੱਗੇ ਆ ਨਾ ਗੁਲਦਸਤੇ ਦੇ ਵਿੱਚ, ਕਿਤੇ ਗਮਲੇ ਦੇ ਵਿੱਚ ਲਾਏ ਹੋਣ ਤੁਸੀਂ, ਆਪਣੇ ਘਰ ਗਾਰਡਨ ਬਣਿਆ ਹੋਵੇ, ਉਹਦੇ ਵਿੱਚ ਸੋਹਣੇ ਫੁੱਲ ਖਿੜੇ ਹੋਣ, ਅਤੇ ਤੁਸੀਂ ਉਹਦੇ ਲਾਗੇ 50, 60, 100, 200 ਫੁੱਲ ਨਕਲੀ ਲਿਆ ਕੇ ਆਰਟੀਫਿਸ਼ਲ ਜਿਹਾ ਰੱਖ ਦਿਓ। ਭੌਰੇ ਨੂੰ ਇੰਨੀ ਸਮਝ ਹੈਗੀ ਵੀ ਮੈਂ ਨਕਲੀ ਫੁੱਲ 'ਤੇ ਨਹੀਂ ਬਣਾਉਂ, ਵੀ ਅਸਲੀ ਫੁੱਲ ਦੀ ਮੁਕਰੰਦ 'ਤੇ ਬਹਿੰਦਾ।
ਪਰ ਵੇਖ ਲਓ ਮਾਰੋ ਧਿਆਨ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਕਾਬਲੇ 'ਤੇ ਕਿੰਨੇ ਨਕਲੀ ਗੁਰੂ ਤਿਆਰ ਕੀਤੇ ਗਏ। ਭੌਰੇ ਨਾਲੋਂ ਵੀ ਗਿਆ ਗੁਜਰਿਆ ਜਾ ਕੇ ਉੱਥੇ ਬੈਠ ਗਿਆ। ਭੌਰੇ ਨੂੰ ਸਮਝ ਹੈ, ਭੌਰੇ ਨੂੰ ਅਜੇ ਭੌਰੇ ਨੇ ਭੌਰੇ ਵਾਸਤੇ ਕੋਈ ਸਕੂਲ ਨਹੀਂ ਹੈ, ਭੌਰੇ ਵਾਸਤੇ ਕੋਈ ਮਾਂ ਬਾਪ ਦੀ ਸਿੱਖਿਆ ਨਹੀਂ ਹੈ, ਭੌਰੇ ਵਾਸਤੇ ਕੋਈ ਐਜੂਕੇਸ਼ਨ ਦਾ ਕੇਂਦਰ ਨਹੀਂ ਹੈ ਵੀ ਕੋਈ ਯੂਨੀਵਰਸਿਟੀ ਹੋਵੇ, ਕੋਈ ਉਹਨੂੰ ਸਿੱਖਿਆ ਦੇਣ ਵਾਲਾ ਹੋਵੇ ਵੀ ਨਕਲੀ ਫੁੱਲ। ਅੱਛਾ, ਭੌਰੇ ਨੂੰ ਕਿਸੇ ਨੇ ਦੱਸਿਆ ਵੀ ਨਹੀਂ ਵੀ ਅਸਲੀ ਫੁੱਲ ਅਤੇ ਨਕਲੀ ਫੁੱਲ 'ਚ ਫਰਕ ਕੀ ਹੁੰਦਾ ਹੈ। ਮੱਖੀ ਵੱਲ ਵੇਖੋ ਤੁਸੀਂ, ਮੱਖੀ ਵੱਲ ਹੀ ਵੇਖ ਲਓ, ਅਸਲੀ ਮਿੱਠੇ 'ਤੇ ਬੈਠਦੀ, ਜਲੇਬੀ 'ਤੇ ਬੈਠਦੀ ਹੈ, ਬਰਫੀ 'ਤੇ ਬੈਠਦੀ ਹੈ। ਕੋਈ ਸਕੈਚ ਪੈਨ ਲੈ ਕੇ ਨਾ ਨਕਲੀ ਜਲੇਬੀ ਪੇਪਰ 'ਤੇ ਬਣਾ ਕੇ ਇੱਦਾਂ ਐਂ ਪਲੇਟ ਦੇ ਉੱਪਰ ਸਜਾ ਕੇ ਰੱਖ ਦੇਵੇ, ਆਖਿਆ ਕੋਈ ਮੱਖੀ ਨੂੰ ਉੱਤੇ ਬਹਿ ਜਾਵੇ। ਮੱਖੀ ਦੇ ਕੰਨ 'ਚ ਕਿਸੇ ਨੇ ਫੂਕ ਮਾਰੀ ਭਲਾ ਵੀ ਆਹ ਅਸਲੀ, ਐਵੇਂ ਤੈਨੂੰ ਧੋਖਾ ਦਿੱਤਾ ਜਾ ਰਿਹਾ। ਪਰ ਇਹ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਖਵਾਉਣ ਵਾਲਾ, ਕਿਸੇ ਨੇ ਚੁੱਕਿਆ ਪੈਨ ਅਤੇ ਪੇਪਰ ਦੀ ਹਿੱਕ 'ਤੇ ਗੁਰੂ ਨਾਨਕ ਸਾਹਿਬ ਨਕਲੀ ਬਣਾ ਕੇ ਰੱਖ ਦਿੱਤਾ, ਇਹ ਉਹਦੀ ਫੋਟੋ ਖਰੀਦ ਕੇ ਘਰ ਲੈ ਗਿਆ, ਕਹਿੰਦਾ ਇਹੋ ਹੀ ਗੁਰੂ ਨਾਨਕ ਹੈ। ਮੱਖੀ ਨਾਲੋਂ ਵੀ ਗਿਆ ਗੁਜ਼ਰਿਆ, ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਗੁਰੂ ਨਾਨਕ ਨਹੀਂ ਦੱਸਿਆ, ਜਪਜੀ ਸਾਹਿਬ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਵੇਖਣਾ, ਸਿੱਧ ਗੋਸ਼ਟ ਬਾਣੀ ਵਿੱਚੋਂ ਦਰਸ਼ਨ। ਮੱਖੀ ਨੂੰ ਕਿਸੇ ਨੇ ਗਿਆਨ ਨਹੀਂ ਦਿੱਤਾ, ਭੌਰੇ ਨੂੰ ਕਿਸੇ ਨੇ ਗਿਆਨ ਨਹੀਂ ਦਿੱਤਾ, ਉਹ ਆਪਣੇ ਆਪ ਅਸਲੀ ਆਪਣੇ ਤਾਤੇ ਬੈਠਦੇ ਨੇ। ਇਹ ਆਪਣੇ ਆਪ ਨੂੰ ਸਿੱਖ ਖਵਾਉਣ ਵਾਲਾ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ ਹੈ। ਹੁਣ ਕਿੱਡੀ ਕੀਮਤੀ ਗੱਲ ਬਾਬੇ ਕਬੀਰ ਨੇ ਕੀ, ਰੇ ਜਿਨ ਲਾਜ ਲਾਜ ਤੋਏ ਨਾਹੀਂ ਹਰ ਤਜ ਕਤ ਕਾਹੂ ਕੇ ਜਾਹੀ, ਜਾ ਕੋ ਠਾਕੁਰ ਉੱਚਾ ਹੋਈ ਸੋ ਜਾਨ। ਜਿਹਦਾ ਪਿਓ ਇੰਨਾ ਉੱਚਾ ਹੋਵੇ ਅਤੇ ਉਹਦਾ ਸੇਵਕ ਦੂਜਿਆਂ ਦੇ ਕੋਲੋਂ ਮੰਗਦਾ ਫਿਰੇ, ਸੋ ਜਨ ਪਰ ਘਰ ਜਾਤ ਨਾ ਸੋਹੀ। ਅੱਛਾ, ਉਹ ਜਿਹੜਾ ਮਾਲਕ ਹੈ ਕਿਹੋ ਜਿਹਾ, ਉਸ ਮਾਲਕ ਦੀ ਵਿਆਖਿਆ ਵੀ ਕੀਤੀ ਹੈ, ਸੋ ਸਾਹਿਬ ਰਹਿਆ ਭਰਪੂਰ। ਉਹ ਜਿਹੜਾ ਜਿਸ ਮਾਲਕ ਦਾ ਉਹ ਸੇਵਕ ਹੈ ਨਾ, ਉਹਦਾ ਮਾਲਕ ਪਤਾ ਕਿੱਡਾ ਵੱਡਾ ਭਰਪੂਰ ਦਾ ਅਰਥ ਹੈ, ਹਰ ਥਾਂ 'ਤੇ ਹੈਗਾ। ਵੀ ਤੁਸੀਂ ਇੱਥੇ ਬੈਠੋ, ਇੱਥੇ ਪੰਜਾਬ ਚਲੇ ਜਾਓ ਉੱਥੇ ਵੀ ਹੈ, ਦਿੱਲੀ ਚਲੇ ਜਾਓ ਉੱਥੇ ਵੀ ਹੈ, ਤੁਸੀਂ ਇੱਕ ਕੰਟਰੀ ਛੱਡ ਦਿਓ ਕਿਸੇ ਹੋਰ ਕੰਟਰੀ ਚਲੇ ਜਾਓ ਉੱਥੇ ਵੀ ਹੈ। ਵੀ ਕੋਈ ਥਾਂ ਇਹ ਨਹੀਂ ਹੈਗਾ ਵੀ ਤੂੰ ਉੱਥੇ ਹੋਵੇ ਅਤੇ ਮਾਲਕ ਉੱਥੇ ਨਾ ਹੋਵੇ, ਐਸਾ ਨਹੀਂ ਹੋਏਗਾ। ਸੋ ਸਾਹਿਬ ਰਹਿਆ ਭਰਪੂਰ ਸਦਾ ਸੰਗ ਨਾ ਹੀ ਹਰ ਦੂਰ। ਉਹ ਸਦਾ ਹੀ ਤੇਰੇ ਨਾਲ ਹੈ, ਨਹੀਂ ਹੈਗਾ ਤੇਰੇ ਤੋਂ ਦੂਰ। ਕਿਵੇਂ ਨਾਲ ਹੈ ਇਹ ਵੀ ਦੱਸਿਆ ਬਾਣੀ 'ਚ, ਸਗਲ ਬਨਸਪਤ ਮੈਂ ਬੈਸੰਤਰ। ਜਿਵੇਂ ਹਰ ਲੱਕੜ ਵਿੱਚ ਅੱਗ ਹੈ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ। ਜਿਵੇਂ ਹਰ ਦੁੱਧ ਵਿੱਚ ਘਿਓ, ਕੋਈ ਬੰਦਾ ਸ਼ੱਕ ਕਰ ਸਕਦਾ ਵੀ ਇਸ ਦੁੱਧ ਵਿੱਚ ਘਿਓ ਨਹੀਂ ਹੈ? ਕੋਈ ਬੰਦਾ ਸ਼ੱਕ ਕਰ ਸਕਦਾ ਵੀ ਇਸ ਦੁੱਧ ਵਿੱਚ ਘਿਓ ਨਹੀਂ ਹੈ? ਦੁੱਧ ਵਿੱਚ ਘਿਓ। ਅੱਛਾ, ਕੱਲ੍ਹ ਨੂੰ ਕੋਈ ਬੰਦਾ ਕਹੇ ਦੁੱਧ ਵਿੱਚ ਘਿਓ ਹੈ ਤਾਂ ਵਿਖਾਓ, ਅਤੇ ਆਪਾਂ ਵਿਖਾ ਸਕਦੇ ਹਾਂ? ਕਹਾਂਗੇ ਕਿ ਟਾਈਮ ਚਾਹੀਦਾ ਸਾਨੂੰ, ਇੰਨਾ ਵਕਤ ਲੱਗੇਗਾ, ਪਹਿਲਾਂ ਉਹਨੂੰ ਗਰਮ ਕਰਨਾ ਪਵੇਗਾ, ਫਿਰ ਉਹਨੂੰ ਜਾਗ ਲਾਉਣੀ ਪਵੇਗੀ, ਫਿਰ ਕੁਛ ਸਮਾਂ ਉਹਨੂੰ ਟਿਕਾ ਚਾਹੀਦਾ, ਫਿਰ ਉਹਦੇ ਵਿੱਚ ਮਧਾਣੀ ਪਾਈ ਜਾਏਗੀ, ਮਧਾਣੀ ਜਦੋਂ ਦਹੀਂ ਨੂੰ ਰਿੜਕੇਗੀ ਅਤੇ ਕੁਝ ਸਮੇਂ ਬਾਅਦ ਲੱਸੀ ਵੱਖਰੀ ਅਤੇ ਮੱਖਣ ਵੱਖਰਾ ਸਮਾਂ ਚਾਹੀਦਾ ਹੈ ਨਾ। ਹੁਣ ਗੁਰਦੇਵ ਜੀ ਕਹਿੰਦੇ ਨੇ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੁੱਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ। ਇੱਦਾਂ ਹੀ ਊਚ ਨੀਚ ਵਿੱਚ ਕੋਈ ਅਮੀਰ ਬੰਦਾ ਇਹ ਨਹੀਂ ਦਾਅਵਾ ਕਰ ਸਕਦਾ ਕਿ ਰੱਬ ਸਾਡੀ ਮੁੱਠੀ 'ਚ ਹੈ, ਅਤੇ ਗਰੀਬ ਬੰਦਾ ਇਸ ਕਰਕੇ ਆਪਣੇ ਆਪ ਨੂੰ ਨਿੰਮੋ ਝੂਣਾ ਜਿਹਾ ਹੋ ਕੇ, ਵਿਚਾਰਾ ਆਲਸੀ ਜਿਹਾ ਹੋ ਕੇ, ਨਿਰਾਸ਼ ਨਾ ਹੋਵੇ ਕਿ ਮੇਰੇ 'ਚ ਹੈ ਨਹੀਂ, ਉਹ ਤਾਂ ਊਚ ਨੀਚ ਮੈਂ। ਊਚ ਨੀਚ ਮੈਂ ਜੋਤ ਸਮਾਣੀ, ਘਾਟ ਘਾਟ ਮਾਧੋ ਜੀਆਂ। ਵੀ ਏਡਾ ਵੱਡਾ ਤੇਰਾ ਮਾਲਕ ਹੋਵੇ,
ਏਡਾ ਵੱਡਾ ਤੂੰ ਤੇਰਾ ਮਾਲਕ ਹੋਵੇ ਅਤੇ ਉਹਦਾ ਸੇਵਕ ਦੂਜਿਆਂ ਦੇ ਕੋਲੋਂ ਜਾ ਕੇ ਮੰਗਦਾ ਫਿਰੇ, ਅੱਜ ਮੰਗ ਨਹੀਂ ਰਿਹਾ ਭਲਾ? ਅੱਜ ਸਿਰ 'ਤੇ ਦਸਤਾਰ ਬੰਦੀ, ਚਾਹੇ ਦਸਤਾਰ ਬੰਨ੍ਹਣ ਵਾਲਾ ਚਾਹੇ ਦਸਤਾਰ ਨਾ ਬੰਨ੍ਹਣ ਵਾਲਾ, ਤੁਹਾਨੂੰ ਹਰ ਕਰਮ ਕਾਂਡ ਕਰਦਾ ਨਜ਼ਰ ਆਏਗਾ, ਹਰ ਕਰਮ ਕਾਂਡ, ਤੁਹਾਨੂੰ ਨਹਿਰਾਂ 'ਚ ਨਾਰੀਅਲ ਸੁੱਟਦਾ ਵੀ ਨਜ਼ਰ ਆਏਗਾ, ਆਪਣੇ ਗੁੱਟਾਂ ਦੇ ਉੱਤੇ ਧਾਗੇ ਬੰਨ੍ਹੇ ਹੋਏ ਵੀ ਨਜ਼ਰ ਤੁਹਾਨੂੰ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਆਉਣਗੇ, ਨਿੱਕੇ ਨਿੱਕੇ ਬੱਚਿਆਂ ਦੇ ਮੱਥੇ 'ਤੇ ਟਿੱਕਾ। ਮੈਂ ਪਿਛਲੇ ਦਿਨ ਗੱਲ ਕੀਤੀ ਸੀ ਵੀ ਨਿਊਜ਼ੀਲੈਂਡ ਮੈਂ ਗਿਆ ਅਤੇ ਉੱਥੇ ਇੱਕ ਪਰਿਵਾਰ ਦੇ ਕੋਲ ਜਾਣ ਦਾ ਮੌਕਾ ਬਣਿਆ ਅਤੇ ਉਹ ਭੈਣ ਕਹਿੰਦੀ ਹੈ, ਕਹਿੰਦੀ ਵੀਰ ਜੀ ਹੁਣ ਮੈਂ ਗੁਰਦੁਆਰੇ ਨਹੀਂ ਜਾਂਦੀ। ਪੁੱਛਿਆ ਕਿਉਂ? ਕਹਿੰਦੀ ਸੱਸ ਨੇ ਰੋਕ ਦਿੱਤਾ, ਉਹ ਤਾਂ ਸੱਸਾਂ ਦਾ ਚਾਹ ਚੜ੍ਹਦਾ ਵੀ ਨੂੰਹ ਗੁਰਦੁਆਰੇ ਜਾਵੇ, ਬਾਣੀ ਪੜ੍ਹੇਗੀ ਇਸ ਬੰਨੇ। ਮੈਂ ਪੁੱਛਿਆ ਕਿਉਂ? ਕਹਿੰਦੀ ਇੱਕ ਦਿਨ ਮੈਂ ਆਪਣੇ ਪੁੱਤ ਨੂੰ ਗੁਰਦੁਆਰੇ ਲੈ ਗਈ, ਐਤਵਾਰ ਦਾ ਦੀਵਾਨ ਲੱਗਾ, ਅਤੇ ਜਦੋਂ ਬੱਚੇ ਨੂੰ ਘਰ ਲੈ ਕੇ ਆਈ ਤਾਂ ਸੁਭਾਵਿਕ ਸੀ ਰਾਤ ਨੂੰ ਬੱਚਾ ਰੋਵੇ ਬੜਾ, ਅਤੇ ਸੱਸ ਕਹਿੰਦੀ ਤੂੰ ਲੈ ਗਈ ਗੁਰਦੁਆਰੇ, ਸਾਰੀਆਂ ਬੀਬੀਆਂ ਅੱਖਾਂ ਪੜ ਪੜ ਮੇਰੇ ਪੋਤਰੇ ਨੂੰ ਵਹਿੰਦੀਆਂ ਸੀ, ਨਜ਼ਰ ਲਵਾ ਲਿਆਈਆਂ, ਖਬਰਦਾਰ ਅੱਜ ਤੋਂ ਬਾਅਦ ਗੁਰਦੁਆਰੇ ਗਈਗਾ। ਉਹ ਵਿਚਾਰੀ ਨੇ ਮੂੰਹ ਝੂਣੀ ਜਿਹੀ ਹੋ ਕੇ ਘਰ ਬਹਿ ਗਈ। ਫਿਰ ਮੈਂ ਕਾਰਨ ਦੱਸਿਆ ਵੀ ਬੱਚੇ ਦੇ ਰੋਣ ਦਾ ਕਾਰਨ ਕੀ ਸੀ, ਕਦੀ ਤਜਰਬਾ ਕਰਨਾ। ਹੁਣ ਬੱਚਾ ਨਾਜ਼ੁਕ ਹੈ, ਅਸੀਂ ਤਹਿਕੀਕਾਤ 'ਤੇ ਕਰਦੇ ਨਹੀਂ, ਸਟੱਡੀ 'ਤੇ ਕਰਦੇ ਨਹੀਂ, ਹੁਣ ਬੱਚਾ ਨਾਜ਼ੁਕ ਹੈ। ਜਦੋਂ ਗੁਰਦੁਆਰੇ ਗਈ, ਸੁਣਖਾ ਬੱਚਾ ਹੋਣ ਕਰਕੇ ਹਰ ਬੀਬੀ ਨੇ ਆਖਿਆ ਲੈ ਮੈਂ ਚੁੱਕਾਂ। ਉਹ ਚੁੱਕਦਿਆਂ ਬੱਚੇ ਦੀਆਂ ਹੱਡੀਆਂ ਦੁਖਣ ਲੱਗ ਪਈਆਂ, ਸ਼ਾਮਾਂ ਤੱਕ ਬੱਚਾ ਥੱਕ ਗਿਆ। ਤੁਸੀਂ ਕਦੀ ਤਜਰਬਾ ਕਰਿਓ, ਬੰਦਾ ਵੀ ਜਦੋਂ ਥੱਕਿਆ ਹੋਵੇ ਨਾ ਉਹਨੂੰ ਨੀਂਦ ਨਹੀਂ ਆਉਂਦੀ। ਹੁਣ ਬੰਦਾ ਰੋਣੋਂ ਤਾਂ ਰਿਹਾ ਰਾਤ ਨੂੰ, ਹੁਣ ਬੰਦਾ ਰੋ ਕੇ ਅਤੇ ਆਪਣੇ ਅੰਦਰ ਦਾ ਦੁੱਖ ਨਜ਼ਾਰਾ ਕਰ ਸਕਦਾ ਵੀ ਮੈਂ ਥੱਕਿਆ ਬਣਾ, ਬੱਚਾ ਕੀ ਕਰੂ ਭਲਾ? ਹੁਣ ਤੁਸੀਂ ਵੇਖੋ ਬੰਦੇ ਨੂੰ ਭੁੱਖ ਲੱਗੀ ਹੋਵੇ ਰੋ ਕੇ ਰੋਟੀ ਮੰਗਦਾ ਜੀ, ਕਿਉਂ ਸਾਸ ਫਿਰ? ਬੱਚਾ ਜਦੋਂ ਜੇ ਭੁੱਖ ਲੱਗੀ ਹੋਵੇ ਉਹਦਾ ਤਾਂ ਇੱਕੋ ਤਰੀਕਾ ਨਾ, ਉਹਨੇ ਖੁਸ਼ੀ ਵੀ ਰੋ ਕੇ ਪ੍ਰਗਟ ਕਰਨੀ ਹੈ ਅਤੇ ਉਹਨੇ ਦੁੱਖ ਵੀ ਆਪਣਾ ਰੋ ਕੇ, ਉਹਦੇ ਕੋਲ ਇੱਕੋ ਹੀ ਸਾਧਨ ਹੈ ਵਿਚਾਰੇ ਕੋਲ, ਹੋਰ ਤਾਂ ਹੈ ਹੀ ਕੋਈ ਨਹੀਂ, ਰੋਣਾ ਉਹਨੇ ਬਸ, ਉਹਨੇ ਰੋ ਪੈਣਾ ਉਹਨੇ ਬਸ, ਚੀਜ਼ ਉਹਨੂੰ ਵਰਾਉਣ ਦਾ ਇੱਕੋ ਤਰੀਕਾ। ਹੁਣ ਬੱਚਾ ਸਾਰੀ ਦਿਹਾੜੀ ਥੱਕ ਗਿਆ, ਸ਼ਾਮਾਂ ਤੱਕ ਬੱਚਾ ਜਦੋਂ ਥੱਕ ਗਿਆ ਉਹਨੂੰ ਨੀਂਦ ਨਹੀਂ ਆ ਰਹੀ, ਬੱਚਾ ਰੋ ਰਿਹਾ। ਇਹ ਅਸੀਂ ਇਹ ਬਰੀਕੀ ਨਾਲ ਤਾਂ ਨਹੀਂ ਵੇਖਿਆ ਬੱਚਾ ਥੱਕਿਆ, ਥੱਕਣ ਕਰਕੇ ਬੱਚਾ ਰੋ ਰਿਹਾ। ਅਤੇ ਮਾਵਾਂ ਕੋਲ ਕੀ ਵਹਿਮ ਹੈ ਭਲਾ? ਦਾਦੀ ਦੇ ਕੋਲ ਕੀ ਵਹਿਮ ਹੈ ਜੀ ਭਲਾ? ਬੋਲੋ ਭੈਣੋ, ਨਜ਼ਰ ਲੱਗ ਗਈ। ਅੱਛਾ ਮਤਲਬ ਤੁਹਾਡਾ ਕੇਵਲ ਦੁਨੀਆਂ 'ਤੇ ਤੁਹਾਡੀ ਇੱਕ ਐਸਾ ਪੁੱਤਰ ਹੈ ਵੀ ਜਿਹਨੂੰ ਸਾਰੇ ਲੋਕ ਵੇਖ ਰਹੇ ਸੀ। ਅੱਛਾ ਨਜ਼ਰ ਕਿਉਂ ਲੱਗੀ ਭਲਾ? ਕਹਿੰਦੇ ਸੋਹਣਾ ਬੜਾ ਸੀ, ਦੂਜਾ ਪੱਖ ਇਹ ਵੀ ਕਹਿੰਦੇ ਨੇ, ਕਹਿੰਦੇ ਜ਼ਿਆਦਾ ਨਵਾਇਆ ਧਵਾਇਆ ਸੀ, ਮੈਂ ਥੋੜ੍ਹਾ ਲਿਬੜਾ ਲਿਬੜ ਕੇ ਲਿਆਓ, ਥੋੜ੍ਹਾ ਜਿਹਾ ਲਿਬੇੜ ਲਬੂੜ ਲਿਆਓ, ਥੋੜ੍ਹਾ ਜਿਹਾ ਮਿੱਟੀ ਮੁੱਟੀ ਲਾ ਲਿਆਓ, ਵੀ ਵੇਖੇ ਨਾ ਕੋਈ ਉਹਦੇ ਵੱਲ, ਫਿਰ ਵੀ ਨਹੀਂ ਅਸੀਂ ਤਿਆਰ। ਅੱਛਾ ਜਦੋਂ ਮਾਂ ਤਿਆਰ ਕਰਦੀ ਨੇ ਉਦੋਂ ਤਾਂ ਇੱਦਾਂ ਤਿਆਰ ਕਰਦੀ ਵੀ ਸਾਰੇ ਲੋਕ ਹੀ ਇਹਨੂੰ ਵੇਖਣ, ਅਤੇ ਜੇ ਲੋਕ ਵੇਖਦੇ ਮੁੜ ਕੇ ਦੀ ਨਜ਼ਰ ਲੱਗ ਗਈ। ਪਿਛਲੇ ਦਿਨ ਸਪੋਕਸਮੈਨ 'ਚ ਇੱਕ ਆਰਟੀਕਲ ਆਇਆ, ਸ਼ਾਇਦ ਆਪਨੇ ਪੜ੍ਹਿਆ ਹੋਵੇ, ਵੀ ਵਹਿਮ ਕਿੱਦਾਂ ਵਹਿਮਾਂ 'ਚ ਕਿੱਦਾਂ ਲੋਕ ਫਸਦੇ ਨੇ। ਵੀ ਇੱਕ ਭੂਆ ਆਈ ਆਪਣੇ ਪੇਕੇ ਅਤੇ ਭਤੀਜੀ ਦਾ ਰਿਸ਼ਤਾ ਹੋਇਆ, ਇਸ ਸੱਚੀ ਗੱਲ ਹੈ ਜੇ ਉਸ ਆਰਟੀਕਲ ਨੇ ਬਿਨਾਂ ਨਾਂ ਤੋਂ ਕਾਲਪਨਿਕ ਨਾਂ ਦੇ ਕੇ ਅਤੇ ਉਹਨੇ ਘਟਨਾ ਲਿਖੀ ਪੰਜਾਬ ਦੇ ਕਿਸੇ ਕਿੱਤੇ ਦੀ, ਉਹਦਾ ਵੀ ਭੂਆ ਆਈ ਆਪਣੇ ਪੇਕੇ ਅਤੇ ਭਤੀਜੀ ਦਾ ਰਿਸ਼ਤਾ ਹੋਇਆ ਅਮੈਰੀਕਾ ਦੇ ਵਿੱਚ ਕਿਸੇ ਚੰਗੇ ਪਰਿਵਾਰ ਦੇ ਨਾਲ, ਅਤੇ ਜਦੋਂ ਭੂਆ ਪੇਕੇ ਆਈ ਤਾਂ ਭਰਾ ਨੇ ਦੱਸਣਾ ਸੀ ਆਪਣੀ ਭੈਣ ਨੂੰ ਵੀ ਭੈਣਾ ਸੁੱਖ ਨਾਲ ਤੇਰੀ ਭਤੀਜੀ ਦਾ ਰਿਸ਼ਤਾ ਬਾਹਰਲੀ ਕੰਟਰੀ 'ਚ ਕਰ ਦਿੱਤਾ। ਅਤੇ ਭੂਆ ਨੇ ਹੁਣ ਜਦੋਂ ਇਹ ਗੱਲ ਸੁਣੀ ਤਾਂ ਭੂਆ ਨੇ ਆਖਿਆ ਸ਼ੁਕਰ, ਚੰਗਾ ਹੋਇਆ ਮੇਰਾ ਵੀਰਾ, ਬਹੁਤ ਵਧੀਆ ਹੋਇਆ। ਇੰਨੀ ਗੱਲ ਕਹੀ ਹੋਈ ਅਤੇ 16-17 ਦਿਨਾਂ ਬਾਅਦ ਉਹ ਉਸ ਆਰਟੀਕਲ 'ਚ ਲਿਖਿਆ ਵੀ 16-17 ਦਿਨਾਂ ਬਾਅਦ ਜਵਾਬ ਹੋ ਗਿਆ ਲੜਕੇ ਵਾਲਿਆਂ ਵੱਲੋਂ, ਕੋਈ ਕਾਰਨ ਹੋਈ ਵੀ ਭਾਨੀ ਮਾਰ ਦਿੱਤੀ ਕਿਸੇ ਨੇ, ਕੁਝ ਨਾ ਕੁਝ ਹੋ ਗਿਆ। ਇਹ ਵੀ ਤਾਂ ਸਾਡੇ ਸਮਾਜ ਗੁਰਦੁਆਰੇ ਅਸੀਂ ਆਉਂਦੇ ਹਾਂ, ਇਕੱਲੀ ਇਕੱਲੀ ਪੌੜੀ 'ਤੇ ਮੱਥਾ ਟੇਕਦੇ ਹਾਂ, ਅਤੇ ਜੇ ਕਿਤੇ ਸਾਡੇ ਕਿਸੇ ਰਿਸ਼ਤੇਦਾਰ ਦੀ ਧੀ ਪੋਦਾ ਵਿਆਹ ਮੰਗਣੀ ਕਿਸੇ ਚੰਗੇ ਪਰਿਵਾਰ 'ਚ ਹੋਵੇ ਨਾ, ਸਾਡੇ ਨਾਲ ਢਿੱਡੀ ਪੀੜਾਂ ਪੈਂਦੀਆਂ ਵੀ ਕਿੱਦਾਂ ਭਾਨੀ ਮਾਰੀ, ਕਿੱਦਾਂ ਦੱਸੀਏ 'ਚ ਤਾਂ ਆਹ ਕਮੀ ਆ।
ਕਿੱਦਾਂ ਦੱਸੀ ਹੁਣ ਵਾਲ ਭੰਨ ਕੇ ਜਾਂ ਐਵੇਂ ਬਹਾਨੇ ਨਾਲੇ ਤਰੀਫ ਕਰੀ ਜਾਣ ਲੱਗਣਾ ਉਦਾਂ ਹਾਂ ਠੀਕ ਆ ਮੁੰਡਾ ਉਦਾਂ ਵੀ ਆ ਜਾਂਦਾ ਉਦੋਂ ਦੋ ਡੇਢ ਕੁ ਵਜੇ ਵਾਪਸ ਮੁੜ ਹੀ ਆਉਂਦਾ ਉਦਾਂ ਵੀ ਠੀਕ ਆ ਵੀ ਸਾਊ ਪੋਤਾ ਉਦਾਂ ਜਿੱਦ ਨਹੀਂ ਕਰਦਾ ਉਦਾਂ ਕਦੀ ਕਦੀ ਅਰੀ ਨਾਲੇ ਗੁਣ ਦੱਸੀ ਜਾਣੇ ਨਾਲ ਨਾਲ ਔਗਣ ਦਾ ਔਗਣ ਖੁੱਲ੍ਹ ਜਾਣੇ ਅਗਲੇ ਦੇ ਸਾਹਮਣੇ ਮਤਲਬ ਸਾਡੇ ਸਮਾਜ ਅਸੀਂ ਜ਼ਿੰਦਗੀ ਜਿਉਣੀ ਨਹੀਂ ਸਿੱਖ ਸਕੇ ਸਾਡੇ ਅੰਦਰ ਜਿਹੜੀ ਚਿੜਚਿੜਾਪਣ ਹੈ ਨਾ ਚਿੜਚਿੜਾਪਣ ਇਹ ਤਾਂ ਗੁਰੂ ਦੇ ਕੋਲ ਆਣ ਕੇ ਦੂਰ ਕਰਨਾ ਸੀ ਜਿਹਨੂੰ ਅਸੀਂ ਅਰਦਾਸ ਵਿੱਚ ਨਾ ਅਸੀਂ ਕੁਝ ਗੱਲਾਂ ਨੇ ਜਿਹੜੀਆਂ ਅਸੀਂ ਉਹ ਸਾਡੇ ਲਫ਼ਜ਼ ਪੱਕੇ ਹੋਏ ਨੇ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਇਹ ਕਹਿਣਾ ਹੀ ਕਹਿਣਾ ਸੀ ਇਹ ਲਫ਼ਜ਼ ਸਾਡੇ ਜ਼ੁਬਾਨ 'ਤੇ ਚੜ੍ਹੇ ਉਹ ਜਦੋਂ ਭੂਆ ਨੇ ਗੱਲ ਕੀਤੀ 15-16 ਦਿਨਾਂ ਬਾਅਦ ਤਲਾਕ ਹੋ ਗਿਆ ਮੁਤਲਾਕ ਦੀ ਗੱਲ ਪਹੁੰਚੀ ਨਾ ਪਹਿਲਾਂ ਹੀ ਰਿਸ਼ਤੇ ਦਾ ਜਵਾਬ ਹੋ ਗਿਆ ਜਦੋਂ ਉਹ ਭੂਆ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਘਰ 'ਚ ਚਰਚਾ ਪਤਾ ਕੀ ਚੱਲੀ ਕਹਿੰਦੇ ਲੈ ਜਦੋਂ ਭੂਆ ਨੂੰ ਪਤਾ ਲੱਗਾ ਨਾ ਭੂਆ ਨੇ ਨਜ਼ਰ ਲਾ ਦਿੱਤੀ ਉਹਨੂੰ ਥੋੜ੍ਹਾ ਚੰਗਾ ਲੱਗਦਾ ਕੋਈ ਸਾਡਾ ਰਿਸ਼ਤਾ ਹੋਇਆ ਉਹਨੇ ਚੰਗਾ ਹੁਣ ਦੱਸੋ ਭੂਆ ਕੀ ਕਹਿੰਦੀ ਭਲਾ ਮੰਨ ਲਓ ਤੁਹਾਡਾ ਗੁਆਂਢੀ ਨਵੀਂ ਗੱਡੀ ਲੈ ਕੇ ਆਵੇ ਅਤੇ ਸਵੇਰੇ ਸਵੇਰੇ ਤੁਸੀਂ ਆਪਣੇ ਘਰੋਂ ਬਾਹਰ ਨਿਕਲੋ ਅਤੇ ਉਹ ਆਪਣੇ ਗੱਡੀ ਨੂੰ ਬਾਹਰ ਕੱਢ ਰਿਹਾ ਹੋਵੇ ਅਤੇ ਤੁਸੀਂ ਉਹਦੀ ਗੱਡੀ ਵੇਖ ਕੇ ਕੀ ਕਹੋਗੇ ਭਲਾ ਵਧਾਈ ਹੋਵੇ ਚੰਗਾ ਹੋਇਆ ਅਤੇ ਸ਼ਾਮਾਂ ਤੱਕ ਗੱਡੀ ਜਾਵੇ ਵੱਜ ਸ਼ਾਮਾਂ ਤੱਕ ਗੱਡੀ ਵੱਜਵੇ ਮੰਨ ਲਓ ਅੰਦਰ ਬਾਹਰ ਕਰਦੇ ਹਾਂ ਕਿਤੇ ਲਾਉਂਦੇ ਹਾਂ ਉਹ ਤੁਹਾਡੇ ਕੋਲ ਆਵੇ ਵੀ ਹੱਦ ਹੋ ਗਈ ਨਜ਼ਰ ਲਾਤੀ ਮੇਰੀ ਗੱਡੀ ਨੂੰ ਤੂੰ ਭਾਈ ਪਹਿਲੀ ਗੱਲ ਤਾਂ ਅਸੀਂ ਇੱਥੋਂ ਤੱਕ ਆਉਣ ਹੀ ਦਿੰਦੇ ਪਰਾਂਦੀ ਉੱਥੋਂ ਟਾਂਕੇ ਲਿਆਉਂਦੇ ਲੰਬੀ ਸਾਰੀ ਕਾਲਾ ਜਿਹਾ ਰਿਬਨ ਜਿਹਾ ਲੱਭ ਕੇ ਨਾ ਅਸੀਂ ਗੱਡੀ ਦੇ ਥੱਲੇ ਉੱਥੋਂ ਟਾਂਕੇ ਲਿਆਉਣੇ ਵੀ ਜਿਵੇਂ ਅਸੀਂ ਐਂ ਕਰਦੇ ਵੀ ਇਹ ਨਜ਼ਰ ਨੂੰ ਰੋਕ ਦੇਵੇ ਇਹ ਸਾਰਾ ਪ੍ਰਭਾਵ ਭਲਾਕਾ ਦਾ ਅੱਜ ਉਹ ਵਿਹਲੇ ਲੋਕਾਂ ਦਾ ਕੰਮ ਹੈ ਟੀ ਵੀ ਅੱਗੇ ਬਹਿ ਕੇ ਜੋਤਸ਼ੀਆਂ ਪਾਂਧਿਆਂ ਦੀਆਂ ਜੋ ਰਾਸ਼ੀਆਂ ਜੋ ਕੂੜ ਕਬਾੜ ਸੁਣੀ ਜਾਂਦੇ ਨੇ ਵਿਹਲੇ ਬੰਦਿਆਂ ਦੀਆਂ ਨਿਸ਼ਾਨੀਆਂ ਅਤੇ ਸਿੱਖ ਵੀ ਜਿਹੜੇ ਰੋਜ਼ ਗੁਰੂਆਂ ਸਾਨੂੰ ਪ੍ਰਭਾਤ ਫੇਰੀਆਂ ਦੇ ਵਿੱਚ ਨਾ ਐਂ ਸਾਊ ਪੁੱਤ ਬਣੇ ਹੁੰਦੇ ਬੀਬੇ ਪੁੱਤ ਬਣ ਕੇ ਝੰਡੇ ਵੀ ਫੜੇ ਹੁੰਦੇ ਨਿਸ਼ਾਨ ਸਾਹਿਬ ਵੀ ਫੜੇ ਹੁੰਦੇ ਢੋਲਕੀਆਂ ਵੀ ਕੁੱਟੀ ਜਾਣਗੇ ਜੋਤਸ਼ੀਆਂ ਪਾਂਧਿਆਂ ਦੀਆਂ ਦੁਕਾਨਾਂ ਕੋਠੀਆਂ ਵੱਡੇ ਵੱਡੇ ਘਰ ਸਾਡੇ ਵਹਿਮਾਂ ਭਰਮਾਂ ਨੇ ਪੱਕੇ ਕਰ ਦਿੱਤੇ ਨੇ ਜਦੋਂ ਭੂਆ ਨੇ ਗੱਲ ਕਹੀ ਤਾਂ ਪੇਕੇ ਪਰਿਵਾਰ 'ਚ ਰੌਲਾ ਪੈ ਗਿਆ ਸਾਰੇ ਕਹਿੰਦੇ ਹੱਦ ਹੋ ਗਈ ਭੂਆ ਜਿਹੜੀ ਹੈ ਉਹਨੇ ਨਜ਼ਰ ਲਾ ਦਿੱਤੀ ਹੁਣ ਰਿਸ਼ਤਾ ਟੁੱਟ ਗਿਆ ਦੱਸੋ ਸਾਧ ਸੰਗਤ ਤੁਹਾਡੇ ਵਿੱਚੋਂ ਕਿੰਨੀਆਂ ਭੈਣਾਂ ਜੇ ਭਰਾ ਦੇ ਘਰ ਨੇ ਕੋਈ ਤਰੱਕੀ ਕੀਤੀ ਹੈ ਭਰਾ ਦੇ ਬੱਚਿਆਂ ਦਾ ਚੰਗੇ ਘਰ ਰਿਸ਼ਤਾ ਹੋਇਆ ਸੱਚ ਇਮਾਨਦਾਰੀ ਨਾਲ ਦੱਸਿਓ ਕਿ ਸਾਰੀਆਂ ਭੂਆ ਇੱਦਾਂ ਦੀਆਂ ਹੁੰਦੀਆਂ ਕਿ ਭੂਆ ਨੂੰ ਆਪਣੇ ਭਤੀਜੇ ਭਤੀਜਿਆਂ ਦੀ ਖੁਸ਼ੀ ਨਹੀਂ ਹੁੰਦੀ ਇਹਨਾਂ ਜੋਤਸ਼ੀਆਂ ਨੂੰ ਕੌਣ ਪੁੱਛੇਗਾ ਹੁਣ ਪਾਇਆ ਵਹਿਮ ਤਾਂ ਕਿਸੇ ਜੋਤਸ਼ੀ ਪਾਉਂਦੇ ਨੇ ਹੈ ਨਾ ਜਿਹਨਾਂ ਕਿਹਾ ਨਜ਼ਰ ਲੱਗ ਗਈ ਹੈ ਗੁਰੂ ਨਹੀਂ ਕਹਿੰਦਾ ਹੈਗਾ ਗੁਰੂ ਇਹ ਗੱਲ ਬਿਲਕੁਲ ਨਹੀਂ ਕਹਿੰਦਾ ਨਾ 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 ਗੁਰੂ ਗੁਰੂ ਤਾਂ ਇਹਨਾਂ ਗੱਲਾਂ ਤੋਂ ਰੋਕਦਾ ਹੈ ਗੁਰੂ ਸਗੋਂ ਗੁਰੂ ਜੀ ਤਾਂ ਸਗੋਂ ਡੰਕੇ ਦੀ ਚੋਰ 'ਤੇ ਕਹਿੰਦੇ ਨੇ ਤੰਤ ਮੰਤ ਨਾ ਜੋ ਹੈ ਤਿੱਤ ਚਾਖ ਨਾ ਲੱਗੈ ਨਾ ਕਿਸੇ ਦਾ ਕੋਈ ਤੰਤਰ ਮੰਤਰ ਮੂੰਹ ਨਾ ਪੜਨ ਵਾਲਾ ਮੰਤਰ ਤੰਤਰ ਧਾਗਾ ਕੋਈ ਧਾਗਾ ਆ ਕਹਿੰਦੇ ਨਾ ਧਾਗਾ ਬੰਨ ਕੇ ਲਿਆਇਆ ਮੈਂ ਆਪਣੇ ਡੋਲੇ 'ਤੇ ਬਾਣੀ ਦਾ ਬਚਨ ਹੈ ਤੰਤ ਤੰਤਰ ਧਾਗਾ ਮੰਤ ਮੰਤਰ ਮੂੰਹ ਨਾ ਪੜਨ ਵਾਲਾ ਤਿੱਤ ਚਾਖ ਚਾਖ ਕਹਿੰਦੇ ਨਜ਼ਰ ਨੂੰ ਤੰਤ ਮੰਤ ਨਾ ਜੋ ਹੀ ਤਿੱਤ ਚਾਖ ਨਾ ਲੱਗੈ ਹੁਣ ਕਿੰਨੀ ਕਮਾਲ ਦੀ ਗੱਲ ਕਦੀ ਇਹ ਸ਼ਬਦ ਪੜ੍ਹੇ ਸਾਧ ਸੰਗਤ ਜੀ ਪਤਾ ਜਦੋਂ ਇਹ ਸਾਡੇ ਘਰ 'ਚ ਅਖੰਡ ਪਾਠ ਦੇ ਰੂਪ 'ਚ ਭਾਈ ਪੜ੍ਹ ਰਿਹਾ ਹੁੰਦਾ ਨਾ ਸਾਡੇ ਕੋਲ ਤਾਂ ਉਸ ਵਕਤ ਗੁਰੂ ਦੇ ਕੋਲ ਬਹਿਣ ਦਾ ਟਾਈਮ ਹੀ ਨਹੀਂ ਹੁੰਦਾ ਜੇ ਕਿਤੇ ਅਸੀਂ ਉਸ ਵਕਤ ਗੁਰੂ ਦੇ ਕੋਲ ਬਹਿਣਾ ਸਿੱਖ ਲਈਏ ਨਾ ਮੈਂ ਦਾਅਵੇ ਨਾ ਕਹਿੰਦਾ ਜੋਤਸ਼ੀ ਭੁੱਖੇ ਮਰਨਗੇ ਇਹਨਾਂ ਨੂੰ ਦਿਹਾੜੀ ਕਰਨੀ ਪੈਣੀ ਇਹਨਾਂ ਕੋਲ ਜਾਏਗਾ ਕੌਣ ਪਰ ਜਾਂਦੇ ਹਾਂ ਅਸੀਂ ਇੰਨੇ ਵਹਿਮਾਂ ਅਸੀਂ ਸਿੱਖਣ ਵਾਲੇ ਚਾਹੁੰਦੇ ਨੇ ਗੁਰੂ ਦੇ ਕੋਲ ਵਿਹਲਾ ਮਨ ਸ਼ੈਤਾਨ ਦਾ ਘਰ ਹੈ ਵਿਹਲੇ ਹੈਗੇ ਹਾਂ ਜਿਹੜਾ ਕੋਈ ਇਹਨੂੰ ਭੱਜਾ ਫਿਰਦਾ ਕੋਈ ਕਿਸੇ ਬਾਬੇ ਦੇ ਮਗਰ ਭੱਜਾ ਕਰਦਾ ਲੱਭ ਲੈਂਦੇ ਅਸੀਂ ਜਿੱਦਾਂ ਬੰਦਾ ਰੋਗੀ ਹੋਵੇ ਨਾ ਡਾਕਟਰਾਂ ਬਾਰੇ ਪਤਾ ਕਰ ਲੈਂਦਾ ਵੈਦਾਂ ਬਾਰੇ ਹਕੀਮਾਂ ਬਾਰੇ ਪਤਾ ਕਰ ਲੈਂਦਾ ਇਸ ਕਰਕੇ ਅਸੀਂ ਸਾਡੇ ਅੰਦਰ ਇੰਨਾ ਡਰ ਬੈਠਾ ਹੋਇਆ ਅਸੀਂ ਥਾਂ ਥਾਂ 'ਤੇ ਭਟਕਦੇ ਫਿਰਦੇ ਹਾਂ ਹੁਣ ਧੰਨ ਗੁਰੂ ਅਰਜਨ ਸਾਹਿਬ ਦਾ ਸ਼ਬਦ ਪੜ੍ਹ ਕੇ ਵੇਖੋ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਇੱਥੇ ਮਹਾਰਾਜ ਨੇ ਕਿਤੇ ਆਖਿਆ ਵੀ ਤੁਹਾਡਾ ਦੁੱਖ ਸੁੱਖ ਸੁਣਨ ਵਾਸਤੇ ਫਲਾਣੇ ਬੰਦੇ ਕੋਲ ਜਾਓ ਫਲਾਣੀ ਬੀਬੀ ਕੋਲ ਜਾਓ ਫਲਾਣੇ ਥਾਂ 'ਤੇ ਮੱਥਾ ਟੇਕੋ ਫਲਾਣੇ ਧਾ ਫਲਾਣੇ ਥਾਂ ਤੋਂ ਧਾਗਾ ਲੈ ਆਓ ਫਲਾਣਾ ਥਾਂ ਆਹ ਮੰਤਰ ਲੈ ਆਓ ਕਿਤੇ ਬਾਣੀ 'ਚ ਇੱਦਾਂ ਦਾ ਸ਼ਬਦ ਲਿਖਿਆ
ਸਾਹਿਬ ਨੇ ਤਾਂ ਕਿਤੇ ਵੀ ਇਹ ਗੱਲ ਲਿਖੀ, ਬਾਣੀ 'ਚ ਲਿਖਿਆ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਖੜ ਸੁਜਾ। ਉਹ ਹੀ ਸੋਹਣੀ ਘਾੜਤ ਕਰਨ ਵਾਲਾ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਸਾਡਾ ਦੁੱਖ ਵੀ ਸੁਣਨ ਵਾਲਾ ਉਹ, ਅਤੇ ਸਾਡੀ ਅਸੀਂ ਸੁੱਖ ਦੀ ਗੱਲ ਵੀ ਉਹਦੇ ਨਾਲ ਸਾਂਝੀ ਕਰਨੀ। ਤਾਉ ਬਿਦਨੀ ਕੀ ਖਟਾਨੀ, ਸਾਡੇ ਜੀਵਨ ਦੀ ਸ਼ੈਲੀ ਵਧੀਆ ਬਣਾਉਣ ਵਾਲਾ ਵੀ ਕੋਈ ਹੈ। ਜੀ ਕੀ ਇੱਕ ਹੀ ਪੈਮਾਨੀ, ਇਸ ਜੀ ਦੀ ਇਸ ਦਿਲ ਦੀ ਗੱਲ ਇੱਕੇ ਕੋਲ ਹੀ ਮੰਨੀ ਜਾ ਸਕਦੀ ਹੈ, ਕਿਤੇ ਬਾਣੀ 'ਚ ਆਖਿਆ ਦੋ ਕੋਲੋਂ ਮੰਨੀ ਜਾ ਸਕਦੀ ਹੈ। ਜੀ ਕੀ ਇੱਕ ਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ, ਬੜੇ ਹੋਰ ਲੋਕ ਵੱਖ ਵੱਖ ਯਤਨ ਕਰਦੇ ਫਿਰਦੇ ਨੇ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਮੱਥਾ ਟੇਕ ਰਿਹਾ। ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ। ਕਹਿਣ ਲੱਗੇ ਬਾਕੀ ਇੱਕ ਰੱਬ ਤੋਂ ਬਿਨਾਂ, ਇੱਕ ਮਾਲਕ ਤੋਂ ਬਿਨਾਂ, ਇੱਕ ਅਕਾਲ ਪੁਰਖ ਤੋਂ ਬਿਨਾਂ ਬਾਕੀ ਜਿਤਨੇ ਵੀ ਯਤਨ ਕੀਤੇ ਜਾ ਰਹੇ ਨੇ ਉਹਨਾਂ ਦੀ ਕੀਮਤ ਤਿਲ ਜਿੰਨੀ ਵੀ ਨਹੀਂ ਪੈਂਦੀ। ਤਿਲ ਕਿੰਨਾ ਕੁ ਹੁੰਦਾ ਭਲਾ, ਕਿੰਨਾ ਬਰੀਕ ਹੁੰਦਾ। ਕਹਿੰਦੇ ਜਿੰਨੀ ਸਾਡੀ ਭਜਨਾ ਸਹਿ ਨਾ, ਜਿੰਨੀ ਵੀ ਅਸੀਂ ਭਜਨਾ ਸਕਾਰਦੇ ਹਾਂ, ਥਾਂ ਥਾਂ 'ਤੇ ਭਟਕਦੇ ਫਿਰਦੇ ਹਾਂ, ਉਹਨਾਂ ਸਾਰੇ ਭਜਨਾਸ ਦੀ ਕੀਮਤ ਕਾਹਦੀ ਹੈ? ਇੱਕ ਤਿਲ ਜਿੰਨੀ, ਤਿਲ ਤੋਂ ਵੀ ਘੱਟ ਹੈ। ਅਸੀਂ ਇੱਕ ਮਾਲਕ ਨੂੰ ਛੱਡ ਕੇ ਜਦੋਂ ਪਾਸੇ ਮੱਥੇ ਟੇਕਣ ਵਾਸਤੇ ਜਾਂਦੇ ਹਾਂ, ਹੁਣ ਸਵਾਲ ਇਹ ਪੈਦਾ ਹੋ ਗਿਆ, ਜਿਹੜਾ ਵਿਅਕਤੀ ਇੱਕ ਰੱਬ ਨੂੰ ਮੰਨਦਾ ਹੈ ਨਾ, ਬਹੁਤੇ ਥਾਵਾਂ 'ਤੇ ਮੱਥੇ ਟੇਕਣ ਵਾਲਿਆਂ ਨੂੰ ਇੱਕ ਨਿਰੰਕਾਰ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਬੰਦਾ ਚੰਗਾ ਵੀ ਨਹੀਂ ਲੱਗਦਾ। ਬਾਬੇ ਕਬੀਰ ਨੇ ਬਾਣੀ 'ਚ ਲਿਖਿਆ, ਜਬ ਹਮ ਏਕੋ ਏਕ ਕਰ ਜਾਂਦੇ ਹਾਂ। ਕਹਿੰਦੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਜਦੋਂ ਮੈਂ ਇੱਕ ਰੱਬ ਨਾਲ ਸਾਂਝ ਪਾ ਲਈ ਤਬ ਲੋਕਾਂ ਕਾਹੇ ਦੁੱਖ ਮੰਨੇ ਆ। ਮੈਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਇੱਕ ਰੱਬ ਦੇ ਮੰਨਣ ਨਾਲ ਦੁਨੀਆਂ ਨੂੰ ਕੀ ਤਕਲੀਫ ਹੋਈ, ਵੀ ਮੈਂ ਇੱਕ ਪਰਮੇਸ਼ਰ ਨੂੰ ਮੰਨਿਆ ਅਤੇ ਸੰਸਾਰ ਦੇ ਲੋਕਾਂ ਨੂੰ ਇਹ ਕੀ ਪ੍ਰੋਬਲਮ। ਅਤੇ ਅੱਜ ਵੀ ਸੰਸਾਰ 'ਤੇ ਮਾਰਨਾ ਧਿਆਨ, ਜਿਹੜੇ ਲੋਕ ਥਾਂ ਥਾਂ 'ਤੇ ਜੋਤਸ਼ੀਆਂ, ਪਾਂਧਿਆਂ, ਸਿਆਣਿਆਂ, ਬਾਬਿਆਂ ਕੋਲ ਜਾਂਦੇ ਨੇ ਨਾ, ਇੱਕ ਪਰਮੇਸ਼ਰ ਨੂੰ ਮੰਨਣ ਵਾਲਾ ਬੰਦਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਵੱਡੀ ਪਤਾ ਕਿਉਂਕਿ ਇਹਦਾ ਤਾਂ ਕੰਮ ਹੀ ਇਹੋ ਹੈ, ਇਹ ਤਾਂ ਇਹਦਾ। ਹੁਣ ਸੋਚੋ, ਜਿਹੜਾ ਬੰਦਾ ਇੱਕ ਰੱਬ ਦੀ ਗੱਲ ਕਰਦਾ, ਇੱਕ ਪਰਮੇਸ਼ਰ ਦੀ, ਰਿਸ਼ਤੇਦਾਰੀਆਂ 'ਚ ਵੀ ਇਹ ਹੁੰਦਾ ਹੈ। ਜ਼ਰੂਰੀ ਨਹੀਂ ਮੰਨ ਲਓ ਇੱਕ ਮਾਂ ਦੀ ਕੁੱਖ ਤੋਂ ਸਾਰਿਆਂ ਭਰਾਵਾਂ ਨੇ ਜਨਮ ਲਿਆ, ਇੱਕ ਭਰਾ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਦੂਜਾ ਭਰਾ ਕਿਸੇ ਦੇਵੀ ਦੇਵਤੇ ਦੇ ਕੋਲ, ਕਿਸੇ ਜੋਤਸ਼ੀ ਪਾਂਧੇ ਕੋਲ ਜਾਂਦਾ। ਅਤੇ ਸਾਡੇ ਸਮਾਜ ਦਾ ਸਿਸਟਮ ਐਸਾ ਬਣ ਚੁੱਕਿਆ, ਅਸੀਂ ਘਿਰਨਾ ਨਾਲ ਵੇਖਣਾ ਸ਼ੁਰੂ ਕਰਦੇ ਹਾਂ, ਇਹਦਾ ਤਾਂ ਕੰਮ ਹੀ ਇਹੋ ਹੈ, ਇਹਨੇ ਤਾਂ ਕਿੰਤੂ ਪਰੰਤੂ ਕਰਨਾ ਹੀ ਕਰਨਾ, ਇਹਨੇ ਵਿਆਹ ਤਵਾ ਬੋਲਣਾ ਹੀ ਬੋਲਣਾ। ਹੁਣ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਰੱਬ ਦੀ ਗੱਲ ਕਰਦੇ ਨੇ, ਭਲਾ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਭੂਤ ਨੇ ਬਿਤਾਲੇ ਨੇ? ਪਰ ਕਹਿ ਦਿੱਤਾ ਲੋਕਾਂ ਨੇ, ਕੋਈ ਆਖਿਆ ਭੂਤਨਾ, ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਗੁਰਦੇਵ ਜੀ ਕਹਿੰਦੇ ਭਇਆ ਦੀਵਾਨਾ ਸ਼ਾਹ ਕਾ, ਕਹਿੰਦੇ ਮੈਂ ਤਾਂ ਦੀਵਾਨਾ ਸ਼ਾਹ ਤਾਂ, ਇਹ ਕਮਲੇ ਲੋਕ ਜਾ ਥਾਂ ਥਾਂ 'ਤੇ ਮੱਥੇ ਟੇਕਣ ਵਾਲੇ ਮੈਨੂੰ ਭੂਤਨਾ ਬਿਤਾਲਾ ਕਹਿੰਦੇ ਨੇ। ਕੋਈ ਆਖੇ ਭੂਤਨਾ, ਕੋ ਕਹੇ ਬਿਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ। ਭਇਆ ਦੀਵਾਨਾ ਸ਼ਾਹ ਕਾ, ਨਾਨਕ ਬੌਰਾਨਾ ਹਉ ਹਰ ਬੇਨਾ, ਅਵਰ ਨ ਜਾਣਾ। ਕਹਿੰਦੇ ਬਸ ਆਹ ਹੈ ਮੇਰਾ ਕਾਰਨ, ਵੀ ਮੈਂ ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ। ਇਹ ਉਹ ਲੋਕ ਨੇ ਜਿਹੜੇ ਇੱਕ ਰੱਬ ਤੋਂ ਬਿਨਾਂ ਬਾਕੀ ਸਭ ਕੁਝ ਜਾਣਦੇ ਨੇ। ਇਸ ਕਰਕੇ ਇਹਨਾਂ ਲੋਕਾਂ ਨੂੰ ਮੈਂ ਕੀ ਲੱਗਦਾ? ਭੂਤਨਾ ਬਿਤਾਲਾ ਲੱਗਦਾ। ਅੱਜ ਵੀ ਜੇ ਸੰਸਾਰ ਅੰਦਰ ਕੋਈ ਭੂਤਨਾ ਬਿਤਾਲਾ, ਜਿਹੜਾ ਵੀ ਬੰਦਾ ਇੱਕ ਨਿਰੰਕਾਰ ਦੇ ਰਸਤੇ 'ਤੇ ਤੁਰਦਾ, ਥਾਂ ਥਾਂ 'ਤੇ ਮੱਥੇ ਟੇਕਣ ਵਾਲੇ ਨੂੰ ਕਿੱਥੇ ਬਰਦਾਸ਼ਤ ਹੁੰਦਾ? ਬਾਬਾ ਕਬੀਰ ਜੀ ਕਹਿੰਦੇ, ਜਬ ਹਮ ਏਕ ਏਕ ਕਰ ਜਾਂਦੇ ਹਾਂ ਤਬ ਲੋਕਾਂ
ਕਾਹੇ ਦੁੱਖ ਮਾਨਿਆ। ਕਹਿਣਾ ਕਿ ਮੈਨੂੰ ਸਮਝ ਨਹੀਂ ਆਉਂਦੀ ਵੀ ਦੁਨੀਆਂ ਨੂੰ ਇਸ ਗੱਲ ਦੀ ਕਾਹਦੀ ਤਕਲੀਫ ਹੈ। ਹਮ ਅਪਤੈ ਆਪਣੀ ਪਤ ਖੋਈ। ਕਹਿਣ ਲੱਗੇ ਜੇ ਇੱਕ ਨਿਰੰਕਾਰ ਨੂੰ ਮੰਨਣਾ ਬੇਪਤ ਹੋਣ ਦੀ ਨਿਸ਼ਾਨੀ ਇਹੋ ਹੀ ਹੈ ਤੇ ਮੈਨੂੰ ਇਹ ਗੱਲ ਸਵੀਕਾਰ ਹੈ, ਮੈਂ ਬੇਪਤ ਹੀ ਚੰਗਾ। ਹਮ ਅਪਤੈ ਆਪਣੀ ਪਤ ਖੋਈ। ਕਹਿਣ ਲੱਗੇ ਜੇ ਤੇ ਇੱਕ ਰੱਬ ਨੂੰ ਮੰਨਣਾ ਹੀ ਬੇਇੱਜ਼ਤ ਹੋਣਾ ਹੈ, ਮੈਨੂੰ ਇਹ ਬੇਇੱਜ਼ਤ ਹੋਣਾ ਮਨਜ਼ੂਰ ਹੈ, ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਲੋਕ ਕਹੀ ਜਾਣ, ਇਹ ਲੋਕ ਥਾਂ ਥਾਂ 'ਤੇ ਮੱਥੇ ਟੇਕਣ ਨੂੰ ਜੇ ਇੱਜ਼ਤ ਸਮਝਦੇ ਆ ਨਾ, ਇਹਨਾਂ ਨੂੰ ਇਹ ਝੂਠੀ ਇੱਜ਼ਤ, ਇਹ ਮੁਬਾਰਕ। ਅਤੇ ਜੇ ਇੱਕ ਰੱਬ ਨੂੰ ਮੰਨਣਾ, ਇੱਕ ਗੁਰੂ 'ਤੇ ਭਰੋਸਾ ਰੱਖਣਾ ਬੇਪਤ ਹੋਣਾ ਹੈ ਅਤੇ ਮੈਨੂੰ ਇਹ ਬੇਪਤੀ ਆਪਣੇ ਜੀਵਨ ਦੇ ਵਿੱਚ ਮਨਜ਼ੂਰ ਹੈ। ਹਮ ਅਪਤੈ ਆਪਣੀ ਪਤ ਖੋਈ। ਕਹਿਣ ਲੱਗੇ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਫਿਰ ਇਹ ਵੀ ਕਹਿ ਦਿੱਤਾ, ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਉ ਨਾਹੀ। ਜੇ ਤੇ ਇੱਕ ਰੱਬ ਨੂੰ ਮੰਨਣਾ ਮੰਦਾ ਕੰਮ ਹੈ ਤੇ ਮੈਨੂੰ ਕੋਈ ਪਰਵਾਹ ਨਹੀਂ। ਕਹਿੰਦੇ ਮੰਦਾ ਕੰਮ ਹੀ ਪਰਵਾਹ ਨਹੀਂ। ਹਮ ਮੰਦੇ ਮੰਦੇ ਮਨ ਮਾਹੀ ਸਾਂਝ ਪਾਤ ਕਾਹੂ ਸਿਉ ਨਾਹੀ। ਕਹਿਣ ਲੱਗੇ ਯਾਦ ਰੱਖਣਾ ਪਿਆਰਿਓ, ਇਹ ਤੁਸੀਂ ਲੋਕ ਥਾਂ ਥਾਂ 'ਤੇ ਮੱਥੇ ਟੇਕਣ ਵਾਲੇ, ਇੱਕ ਰੱਬ ਨੂੰ ਛੱਡ ਕੇ ਪਾਸੇ ਜਾਣ ਵਾਲੇ, ਮੈਨੂੰ ਕਹਿੰਦੇ ਹੋ ਨਾ ਵੀ ਮੈਂ ਮੰਦਾ ਕਰਮ ਕਰ ਰਿਹਾ, ਜਿਹਨੂੰ ਤੁਸੀਂ ਇੱਜ਼ਤ ਸਮਝਦੇ ਹੋ ਨਾ, ਇਹ ਇੱਜ਼ਤ ਕੋਈ ਨਹੀਂ ਹੈ। ਨਾ ਨਾ ਨਾ, ਇਹ ਕੋਈ ਇੱਜ਼ਤ ਨਹੀਂ ਹੈ। ਕਹਿਣ ਲੱਗੇ ਤਬ ਜਾਣੋਗੇ ਜਦ ਉਗਰੇ ਕੋ ਪਾਜ। ਯਾਦ ਰੱਖਣਾ, ਜਦੋਂ ਪਾਜ ਉਗੜੇ ਨਾ, ਫਿਰ ਪਤਾ ਲੱਗਣਾ ਵੀ ਥਾਂ ਥਾਂ 'ਤੇ ਮੱਥੇ ਟੇਕਣ ਵਾਲਿਆਂ ਦਾ ਹਸ਼ਰ ਕੀ ਹੁੰਦਾ ਹੈ। ਹੁਣ ਅਸੀਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਵੀ, ਕੀ ਲਿਖਿਆ ਭਲਾ ਗੁਰਦੇਵ ਨੇ ਜਪਜੀ ਸਾਹਿਬ, ਗੁਰਾ ਇੱਕ ਦੇ ਪੁਜਾਈ। ਸਾਰੇ ਪੜੋ ਭੈਣੋ, ਗੁਰਾ ਸਭਨਾ ਜੀਆ ਕਾ ਸੋ ਮੈਂ ਵਿਸਰਨਾ। ਕਿਤੇ ਬਾਣੀ 'ਚ ਲਿਖਿਆ ਵੀ ਦਾਤੇ ਦੋ ਨੇ, ਕੋਈ ਤੁਹਾਨੂੰ ਤੁਕ ਬਾਣੀ ਦੀ ਆਉਂਦੀ ਹੋਵੇ ਕਿਸੇ ਨੂੰ, ਹੋ ਸਕਦਾ ਸਾਡੇ ਧਿਆਨ 'ਚ ਨਾ ਆਈ ਹੋਵੇ ਪੜ੍ਹਦਿਆਂ ਕਿਤੇ ਵੀ, ਹੋ ਸਕਦਾ ਕਈ ਵਾਰੀ ਐਡਾ ਵੱਡਾ ਸਮੁੰਦਰ ਰਹਿ ਸਕਦਾ ਵੀ, ਹੋ ਸਕਦਾ ਸਾਨੂੰ ਬੁਲਾਰਿਆਂ ਨੂੰ ਉਹ ਤੁਕ ਲੱਭੀ ਨਾ ਹੋਵੇ ਜਿੱਥੇ ਦਾਤੇ ਦੋ ਲਿਖੇ ਹੋਣ, ਵੀ ਬਾਣੀ 'ਚ ਕਿਤੇ ਦੱਸ ਦਿਓ ਵੀ ਦਾਤੇ ਦੋ ਕਿਤੇ ਲਿਖਿਆ ਬਾਣੀ 'ਚ। ਇਹ ਵੀ ਆਖਿਆ ਸਾਰਾ ਜਗਤ ਭਿਖਾਰੀ ਹੈ, ਦਾਤਾ ਇੱਕੋ ਹੀ ਹੈ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਹਾਂ, ਜਗਤ ਨੂੰ ਕਿਹਾ ਭਿਖਾਰੀ ਹੈ। ਅਤੇ ਕਮਾਲ ਦੀ ਗੱਲ ਸਾਹ ਸਿੰਘ, ਕਦੀ ਭਿਖਾਰੀ ਕੋਲੋਂ ਭਿਖਾਰੀ ਨੂੰ ਭੀਖ ਮੰਗਦੇ ਵੇਖਿਆ ਅੱਜ ਤੱਕ ਤੁਸੀਂ? ਦੱਸੋ ਭਲਾ ਵੀ ਅੱਜ ਤੱਕ ਕਿਸੇ ਨੇ ਭਿਖਾਰੀ ਨੂੰ ਭਿਖਾਰੀ ਕੋਲੋਂ ਭੀਖ ਮੰਗਦਿਆਂ ਵੇਖਿਆ ਹੋਵੇ ਅੱਜ ਤੱਕ? ਵੀ ਇੱਕ ਭਿਖਾਰੀ ਭੀਖ ਮੰਗ ਕੇ ਆਇਆ ਹੋਵੇ ਤਾਂ ਦੂਜਾ ਭਿਖਾਰੀ ਕਹੇ ਮੈਨੂੰ ਥੋੜ੍ਹੀ ਜਿਹੀ ਭਿਖਸ਼ਾ ਦੇ, ਕਹਿੰਦਾ ਭਰਾਵਾ ਮੈਂ ਵੀ ਤਾਂ ਤੇਰੇ ਵਰਗਾ ਹੀ ਹਾਂ, ਜਿੱਥੋਂ ਮੈਂ ਲਿਆ ਗਿਆ ਉੱਥੋਂ ਤੂੰ। ਅੱਜ ਤੱਕ ਕੋਈ ਭਿਖਾਰੀ ਭੀਖ ਮੰਗਦਾ ਕਿਸੇ ਭਿਖਾਰੀ ਕੋਲੋਂ ਵੇਖਿਆ ਹੋਵੇ? ਪਰ ਦੁਨੀਆਂ ਦੇ ਧਰਮ ਦੀ ਦੁਨੀਆਂ 'ਚ ਵੇਖ ਰਹੇ ਹਾਂ ਆਪਾਂ, ਅੱਜ ਜਿੰਨੇ ਬਾਬੇ ਜਿੰਨੇ ਤਾਂਤਰਿਕ ਜਿੰਨੇ ਪੰਥਸ਼ੀ ਜਿੰਨੇ ਜੋਤਸ਼ੀ ਨੇ ਸਭ ਵਿਗੜੇ ਹੋਏ ਸਮਾਜ ਦੀਆਂ ਨਿਸ਼ਾਨੀਆਂ ਨੇ। ਸਾਡੇ ਲੋਕ ਭਿਖਾਰੀਆਂ ਦੇ ਅੱਗੇ ਤਲੀਆਂ ਅੜਦੇ ਫਿਰਦੇ ਜਾ ਕੇ ਨੇ, ਸਾਡੀ ਸਾਡਾ ਘਰ ਦੀਆਂ ਸਮੱਸਿਆਵਾਂ। ਹੁਣੇ ਭਾਈ ਹਰਜਿੰਦਰ ਸਿੰਘ ਬੋਲ ਰਿਹਾ ਸੀ ਨਾ, ਸਾਸਨ ਗ੍ਰਿਸ਼ਤੀ ਬੰਦਾ ਜਿਹੜਾ ਨਾ, ਗ੍ਰਿਸ਼ਤੀ ਬੰਦਾ, ਧਿਆਨ ਨਾਲ ਸੁਣਿਓ, ਅਤੇ ਸੁਰਤ ਵਿੱਚ ਜੇ ਕੋਈ ਸਵਾਲ ਹਲਚਲ ਕਰੇ ਨਾ, ਕਈ ਵਾਰੀ ਇੱਦਾਂ ਹੁੰਦਾ ਵੀ ਜਦੋਂ ਹਨੇਰੀ ਆਉਂਦੀ ਹੈ ਨਾ, ਅਤੇ ਉਹ ਕਈ ਵਾਰੀ ਝੁੱਗੀਆਂ ਛੰਨਾਂ ਉਡਾ ਕੇ ਲੈ ਜਾਂਦੀ ਹੈ, ਲੈਂਟਰ ਪਾੜ ਦਿੰਦੀ ਹੈ, ਬਿਜਲੀ ਦੇ ਵਲੇ ਦਰਖਤ ਪੁੱਟ ਕੇ ਜ਼ਮੀਨ 'ਤੇ ਸੁੱਟ ਦਿੰਦੀ ਹੈ, ਅਤੇ ਜਦੋਂ ਗਿਆਨ ਦੀ ਹਨੇਰੀ ਵੀ ਆਉਂਦੀ ਹੈ ਨਾ, ਹਲਚਲ 'ਤੇ ਮੱਚਦੀ ਜ਼ਰੂਰ ਇੱਕ ਵਾਰ, ਕੜਾ ਕੜਾ ਕਰਕੇ ਅੰਦਰ ਦੇ ਭਰਮ ਟੁੱਟਦੇ ਨੇ। ਜਦੋਂ ਹਨੇਰ ਆਉਂਦਾ, ਤੁਸੀਂ ਵੇਖਿਆ ਨਾ ਕਿੱਦਾਂ ਕਿੰਨਾ ਤਬਾਹੀ ਮੱਚਦੀ ਹੈ। ਜਦੋਂ ਗਿਆਨ ਦੀ ਹਨੇਰੀ ਵੀ ਆਉਂਦੀ ਹੈ ਨਾ, ਜਦੋਂ ਅੰਦਰ ਵਿਚਾਰ ਜਾਂਦੇ ਨੇ, ਤੋ ਅੰਦਰ ਦੇ ਸੰਸਕਾਰ ਇੱਕ ਵਾਰ ਟੁੱਟਦੇ ਨੇ, ਫਰਕ ਇਹ ਨਾ ਬਾਹਰ ਦੀ ਹਨੇਰੀ ਦਾ ਜਿਹੜਾ ਤਬਾਹੀ ਮੱਚੀ ਹੁੰਦੀ ਹੈ, ਖੜਾਕ ਉਹ ਬਾਹਰ ਆਉਂਦਾ, ਅੰਦਰ ਆਉਂਦਾ ਕੁਝ ਨਹੀਂ ਹੈ, ਪਰ ਉਹ ਕੱਢ ਲੈਂਦਾ ਬੰਦਾ ਆਪਣੇ ਅੰਦਰ ਦੀ ਬਿਲਾ ਜੀ। ਇਹਨਾਂ ਦਾ ਤਾਂ ਕੰਮ ਹੀ ਇਹਨਾਂ ਦੇ ਬਾਬਿਆਂ ਬਾਰੇ ਬੋਲਣਾ ਹੀ, ਇਹਨਾਂ ਜੋਤਸ਼ੀਆਂ ਪਾਂਧਿਆਂ ਬਾਰੇ ਬੋਲਣਾ ਹੀ। ਭਲਿਓ ਗੁਰੂ ਦੀ ਵਿਚਾਰ ਸਮਝ ਕੇ ਵੇਖੋ, ਲੋਕ ਧੱਕੇ ਖਾ ਰਹੇ ਨੇ ਜੋਤਸ਼ੀਆਂ ਪਾਂਧਿਆਂ ਸਿਆਣਿਆਂ ਬਾਬਿਆਂ ਦੇ ਕੋਲ ਜਾ ਕੇ। ਮੈਂ ਤਾਂ ਤੁਹਾਡੇ ਸਾਹਮਣੇ ਇੱਕ ਸਵਾਲ ਰੱਖੇ, ਅੱਜ ਤੱਕ ਕਿਸੇ ਨੇ ਭਿਖਾਰੀ ਨੂੰ ਭਿਖਾਰੀ ਕੋਲੋਂ ਭੀਖ ਮੰਗਦੇ ਵੇਖਿਆ ਤਾਂ ਦੱਸ ਦਿਓ?
ਲੋਕ ਉਹਦੇ ਕੋਲ ਜਾਂਦੇ ਨੇ ਜੇ ਤੂੰ ਆਸ ਹੋਵੇ, ਪਰ ਧਰਮ ਦੀ ਦੁਨੀਆਂ ਵਿੱਚ ਲੋਕ ਭਿਖਾਰੀਆਂ ਕੋਲ, ਕਿਉਂਕਿ ਬਾਣੀ 'ਚ ਲਿਖਿਆ ਹੈ ਵੀ ਜਗਤ ਭਿਖਾਰੀ ਫਿਰਤ ਹੈ, ਜਗਤ 'ਤੇ ਸਾਰਾ ਹੀ ਭਿਖਾਰੀ ਹੈ, ਸਭ ਕੋ ਦਾਤਾ, ਵੀ ਸਾਰਿਆਂ ਦਾ ਦਾਤਾ ਤੇ ਰੱਬ ਹੈ, ਭਿਖਾਰੀ ਭਿਖਾਰੀ ਕੋਲੋਂ ਕਦੀ ਭੀਖ ਮੰਗਦਾ ਵੇਖਿਆ? ਪਰ ਧਰਮ ਦੀ ਦੁਨੀਆਂ 'ਚ ਵੇਖ ਰਹੇ ਨੇ ਲੋਕ, ਕੋਈ ਕਿਸੇ ਬਾਬਾ ਉੱਚੀ ਜਗ੍ਹਾ 'ਤੇ ਬੈਠਾ ਹੈ ਅਤੇ ਉਹਦੇ ਵਰਗੇ ਬੰਦੇ, ਮੈਂ ਤਾਂ ਹੈਰਾਨ ਹੋ ਜਾਂਦਾ ਕਈ ਵਾਰੀ, ਜਿਹੜਾ ਬਾਬਾ ਹੁੰਦਾ ਉਹ ਛੋਟੀ ਉਮਰ ਦਾ ਹੁੰਦਾ ਅਤੇ ਸਿਆਣੀ ਉਮਰ ਦੇ ਉਹਦੀਆਂ ਪੈਰਾਂ 'ਚ ਬੈਠੇ ਹੁੰਦੇ ਨੇ, ਉਹਦੇ ਪੈਰਾਂ 'ਚ ਬੈਠੇ ਹੁੰਦੇ ਨੇ, ਉੱਥੇ ਕੀ ਕਹੋਗੇ ਭਲਾ ਤੁਸੀਂ? ਕੀ ਡਰ ਹੈ? ਕਈ ਵਾਰੀ ਇਹ ਕਹਿ ਸਕਦੇ, ਵੇਖੋ ਜੀ ਉਹ ਬਾਬਾ ਜੀ ਬਜ਼ੁਰਗ ਸਨ, ਉਹਨਾਂ ਦੀ ਉਮਰ 70 ਸਾਲ ਸੀ, ਇਸ ਕਰਕੇ ਮੇਰੀ ਉਮਰ 30 ਸਾਲ ਸੀ, ਇਸ ਕਰਕੇ ਮੈਂ ਸੋਚਿਆ ਚਲੋ ਬਾਬਾ ਜੀ ਦਾ ਸਤਿਕਾਰ ਕਰਾਂ, 10 ਮਿੰਟ ਲੱਤਾਂ ਨੱਪ ਦੇਵਾਂ ਉਹਦੀਆਂ, 10 ਮਿੰਟ ਲੱਤਾਂ ਦਬਾ ਦਿਆਂ, ਵੀ ਵੱਡੀ ਉਮਰ ਦੇ ਸੀ। ਇਹ ਤਾਂ ਗੱਲ ਕੁਝ ਹੱਦ ਤੱਕ ਮੰਨੀ ਜਾਏਗੀ ਵੀ ਬਜ਼ੁਰਗ ਸੀ ਬਾਬਾ, ਪਰ ਜਿੱਥੇ ਬਾਬਾ ਹੋਵੇ 30-35-40-50 ਸਾਲ ਦਾ ਅਤੇ ਚੇਲਾ ਉਹਦੇ ਕੋਲ ਜਾਵੇ 80 ਸਾਲ ਦਾ, 80 ਸਾਲ ਦਾ ਚੇਲਾ ਵੀ ਜਾ ਕੇ 35-40 ਸਾਲ ਦੀਆਂ ਲੱਤਾਂ ਨੱਪੇ, ਕੀ ਕਹੇਗਾ ਭਲਾ? ਕੀ ਕਿਹਾ ਜਾਏਗਾ ਜੀ ਉੱਥੇ ਭਲਾ ਹੋ ਰਿਹਾ? ਜਵਾਬ ਛੋਟੀ ਛੋਟੀ ਉਮਰ ਦੇ ਬਾਬੇ ਬਣਾ ਦਿੱਤੇ ਸਮਾਜ ਨੇ, ਲੋਕਾਂ ਸਾਹਮਣੇ ਪ੍ਰਗਟ ਹੋ ਗਿਆ। ਹੁਣ ਜਗਤ ਭਿਖਾਰੀ ਫਿਰਦਾ, ਸਭ ਕੋ ਦਾਤਾ ਰਾਮ, ਵੀ ਜਗਤ ਭਿਖਾਰੀ ਹੈ, ਦਾਤਾ ਕਿਵੇਂ ਲਿਖੋ? ਬਾਣੀ ਲਿਖਿਆ ਦੱਦਾ ਦਾਤਾ, ਇੱਕ ਤੇ ਲਿਖਿਆ ਬਾਣੀ 'ਚ ਦਾਤੇ ਦੋ ਨੇ, ਕਿਤੇ ਦੱਸ ਦਿਓ ਬਾਣੀ 'ਚ ਦਾਤੇ ਦੋ ਆਖਿਆ ਹੋਵੇ? ਦੱਦਾ ਦਾਤਾ ਇੱਕ ਹੈ ਸਭ ਕੋ ਦੇਵਣਹਾਰ, ਸਾਰਿਆਂ ਨੂੰ ਦੇਵਣਹਾਰ ਹੈ, ਦਾਤਾ ਇੱਕ ਹੋਈ ਹੈ, ਦਾਤੇ ਦੋ ਨੇ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਹੁਣ ਦਾਤਾ ਤਾਂ ਇੱਕੋ ਹੀ ਹੈ ਪਰ ਸਾਨੂੰ ਵਿਸਰ ਗਿਆ, ਬਸ ਆਹ ਹੈ ਗੱਲ। ਜਪਜੀ ਸਾਹਿਬ ਦਾ ਪਾਠ, ਕਈ ਬਜ਼ੁਰਗ ਕਹਿਣਗੇ ਵੇਖੋ ਮੈਨੂੰ ਤਾਂ ਪਾਠ ਕਰਦਿਆਂ 40 ਸਾਲ ਹੋ ਗਏ, ਪਰ ਜਾਣਗੇ ਫਿਰ ਕਿਸੇ ਬਾਬੇ ਕੋਲ ਵਿਸ਼ਵਾਸ ਵੀ ਕਾਹਦਾ ਪਾਠ ਕੀਤਾ ਭਲਿਆ, ਤੂੰ ਤਾਂ ਪਾਣੀ ਦੀਆਂ ਚੂੜੀਆਂ ਕੀਤੀਆਂ ਨੇ। ਵੀ ਜੇ ਪਾਠ ਕੀਤਾ ਅਤੇ ਜੇ ਪਾਠ ਦੇ ਉੱਤੇ ਅਸਰ ਹੈ ਤਾਂ ਫਿਰ ਸਾਨੂੰ ਕਿਸੇ ਪਾਸੇ ਜਾਣ ਦੀ ਜ਼ਰੂਰਤ ਹੀ ਨਹੀਂ, ਪਾਸੇ ਜਾ ਕੇ ਮੱਥੇ ਕਿਉਂ ਟੇਕਦੇ ਪਏ? ਅੱਜ ਥਾਂ ਥਾਂ 'ਤੇ ਬੰਦਾ ਧੱਕੇ ਖਾ ਰਿਹਾ, ਥਾਂ ਥਾਂ 'ਤੇ ਮੱਥੇ ਟੇਕ ਰਿਹਾ ਹੈ। ਹੁਣ ਕਿੰਨੇ ਸ਼ਬਦ ਸਾਨੂੰ ਸਤਿਗੁਰ ਦੀ ਬਾਣੀ ਵਿੱਚੋਂ ਇੱਦਾਂ ਦੇ ਮਿਲਦੇ ਨੇ ਜਿਹੜੇ ਸਾਨੂੰ ਥਾਂ ਥਾਂ 'ਤੇ ਮੱਥੇ ਟੇਕਣ, ਥਾਂ ਥਾਂ 'ਤੇ ਨਮਸਕਾਰ ਕਰਨ ਤੋਂ ਰੋਕਦੇ ਨੇ? ਜੀ ਕੀ ਇੱਕ ਹੀ ਪੇਮਾਨੀ ਔਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੇ, ਤਿਲ ਜਿੰਨੀ ਵੀ ਕੀਮਤ ਨਹੀਂ ਉਸਦੀ ਜਿਹੜਾ ਥਾਂ ਥਾਂ 'ਤੇ ਇੱਕ ਪਰਮੇਸ਼ਰ ਇੱਕ ਰੱਬ ਨੂੰ ਛੱਡ ਕੇ ਪਾਸੇ ਜਾਂਦਾ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਿਤਾ ਪੁਰਖੀ ਜਾਂਦੇ ਸਨ ਵੈਸ਼ਨੂੰ ਦੇ ਦੇਵੀ ਦੇ, ਪਿਤਾ ਜੀ ਆਗੂ ਬਣ ਕੇ ਪਬਲਿਕ ਨੂੰ ਨਾਲ ਲੈ ਕੇ ਜਾਂਦੇ ਸੀ। ਹੁਣ ਪਿਤਾ ਦੀ ਜ਼ਿੰਮੇਵਾਰੀ ਪੁੱਤਰ ਦੇ 'ਤੇ ਪੈਣੀ ਸੀ, ਜਦੋਂ ਇਹੋ ਜ਼ਿੰਮੇਵਾਰੀ ਬਾਬਾ ਲਹਿਣਾ ਜੀ 'ਤੇ ਪਈ, ਜ਼ਿੰਮੇਵਾਰੀ ਨਿਭਾਈ ਉਹਨਾਂ ਨੇ, ਅਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕੀਤੀ, ਬਾਣੀ ਦੀ ਵਿਚਾਰ ਨੇ ਜੀਵਨ ਤਬਦੀਲ ਕੀਤਾ, ਉਹਨਾਂ ਨੇ ਆਪਣੇ 63 ਸਲੋਕਾਂ ਵਿੱਚ ਇੱਕ ਸਲੋਕ ਰੱਖਿਆ ਜਿਹੜਾ ਮੈਂ ਮੰਗਲਾ ਚਰਨ ਦੇ ਰੂਪ 'ਚ ਪਹਿਲਾਂ ਪੜ੍ਹਿਆ। ਉਹਨਾਂ ਆਖਿਆ ਜਿੱਦਾਂ ਮੈਂ ਹਨੇਰਾ ਢੋ ਰਿਹਾ ਸੀ, ਇੱਦਾਂ ਮੇਰੇ ਭਰਾ ਮੇਰੀਆਂ ਭੈਣਾਂ ਹੋਰ ਵੀ ਹਨੇਰਾ ਢੋ ਰਹੇ ਨੇ। ਆਪਣੇ ਸਲੋਕਾਂ 'ਚ ਸਲੋਕ ਰੱਖਿਆ ਕਿਸ ਹੀ ਕੋਈ ਕੋਏ, ਹੁਣ ਇਹਦਾ ਕੀ ਅਰਥ ਹੈ? ਇਹ ਗੁਰੂ ਅੰਗਦ ਸਾਹਿਬ ਦਾ ਸਲੋਕ ਹੈ, ਕਹਿੰਦੇ ਕਿਸੇ ਨੂੰ ਕਿਸੇ ਦਾ ਆਸਰਾ, ਕਿਸੇ ਨੂੰ ਕਿਸੇ ਦਾ ਆਸਰਾ, ਵੀ ਹਰ ਕੋਈ ਕਿਸੇ ਨਾ ਕਿਸੇ ਆਸਰੇ 'ਤੇ ਜ਼ਿੰਦਗੀ ਜੂ ਰਿਹਾ। ਕਿਸ ਹੀ ਕੋਈ ਕੋਏ, ਪਰ ਹੁਣ ਕਹਿੰਦੇ ਨੇ ਮੈਂ ਮਨ ਜਿੰਨੇ ਮਾਣੀ ਇੱਕ ਤੋਂ, ਹੁਣ ਮੈਨੂੰ ਨਿਮਾਣੀ ਨੂੰ ਕੇਵਲ ਇੱਕ ਤੁਹਾਡਾ ਆਸਰਾ। ਇੰਝ ਲੱਗਦਾ ਵੀ ਇਹ ਜਿਹੜਾ ਸਲੋਕ ਹੈ ਨਾ ਧੰਨ ਗੁਰੂ ਅੰਗਦ ਸਾਹਿਬ ਦਾ, ਇਹ ਉਹਨਾਂ ਦੇ ਪੁਰਾਤਨ ਜੀਵਨ ਜਿਹੜਾ ਬੀਤ ਚੁੱਕਿਆ ਸਮਾਂ ਅਤੇ ਅਜੋਕੇ ਸਮੇਂ ਦੀ ਵਿਆਖਿਆ ਕਰਦਾ। ਵੀ ਭਾਈ ਜਿਵੇਂ ਤੁਸੀਂ ਥਾਂ ਥਾਂ 'ਤੇ ਮੱਥੇ ਟੇਕਦੇ ਹੋ, ਇੱਦਾਂ ਮੈਂ ਵੀ ਇਸ ਇਹਦੇ ਵਿੱਚੋਂ ਨਿਕਲ ਆਇਆ, ਬਾਹਰ ਵਾਪਸ ਪਰਤ ਆਇਆ, ਤੁਸੀਂ ਵੀ ਛੱਡ ਦਿਓ, ਇੱਕ ਸਕਿੰਟ ਨਾ ਲਾਓ। ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਫੁੱਟਣਾ ਤਾਂ ਇੱਧਰ ਲਾਉਣਾ, ਕੰਮ ਤਾਂ ਇੰਨਾ ਹੀ ਹੈ। ਵੀ ਜਿਹੜਾ ਮਨ ਦੇਵੀ ਦੇਵਤਿਆਂ ਥਾਂ ਥਾਂ 'ਤੇ ਮੱਥੇ ਟੇਕਣ 'ਤੇ ਲੱਗਾ, ਉਹ ਭਰੋਸਾ ਗੁਰੂ 'ਤੇ ਲੈ, ਪਰ ਗੁਰੂ 'ਤੇ ਸਾਡਾ ਵਿਸ਼ਵਾਸ, ਅਸੀਂ ਸਾਲਾਂ ਬੱਧੀ ਕਦੀ ਕਦੀ ਗੁਰੂ ਦੇ ਕੋਲ ਆਉਣ ਦਾ ਇੰਤਜ਼ਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪੜ੍ਹਨ ਦੀ ਕੋਸ਼ਿਸ਼ ਕਰੀਏ,
ਆਪ ਵਿਚਾਰਨ ਦੀ ਕੋਸ਼ਿਸ਼ ਕਰੀਏ। ਆਪ ਜਦੋਂ ਸਾਡਾ ਸਤਿਗੁਰ ਦੀ ਬਾਣੀ 'ਤੇ ਭਰੋਸਾ ਬਣੇਗਾ ਨਾ, ਅੱਜ ਮਾਫ਼ ਕਰਨਾ, ਸਿੱਖ ਕੌਮ ਦੀ ਤਬਾਹੀ ਦਾ ਕਾਰਨ ਸਭ ਤੋਂ ਵੱਡਾ ਪਤਾ ਕੀ ਹੈ? ਅਸੀਂ ਆਪ ਪੜ੍ਹਨਾ ਛੱਡ ਦਿੱਤਾ ਹੈ। ਜਦੋਂ ਆਪ ਨਹੀਂ ਪੜ੍ਹਾਂਗੇ ਤਾਂ ਥਾਂ ਥਾਂ 'ਤੇ ਕਰਮ ਕਾਂਡ, ਵਹਿਮ ਭਰਮ ਜਨਮ ਲੈਣਗੇ। ਅੱਜ ਕਿੰਨੇ ਪਰਿਵਾਰ ਨੇ ਜਿਨ੍ਹਾਂ ਨੇ ਆਪਣੇ ਘਰਾਂ ਵਿੱਚ ਕੁਝ ਪੜ੍ਹਨ ਦੀ ਕੋਈ ਸਮੱਗਰੀ ਰੱਖੀ ਹੈ, ਵੀ ਇੱਕ ਅੱਧੀ ਕੋਈ ਪੁਸਤਕ ਰੱਖੀ ਹੈ, ਕੋਈ ਧਾਰਮਿਕ ਮੈਗਜ਼ੀਨ ਆਉਂਦਾ ਹੈ, ਪੜ੍ਹੇ ਕੋਈ? ਪੜ੍ਹਾਂਗੇ ਤਾਂ ਵਿਚਾਰ ਬਦਲਣਗੇ ਨਾ। ਜਦੋਂ ਵਿਚਾਰ ਬਦਲਣਗੇ ਤਾਂ ਬੰਦਾ ਪਰਿਪੱਕ ਹੋਏਗਾ। ਵਿਚਾਰਾਂ ਕਰਕੇ ਬੰਦਾ ਵਹਿਮੀ ਹੈ, ਵਿਚਾਰਾਂ ਕਰਕੇ ਬੰਦਾ ਧਰਮੀ ਹੈ। ਜਦੋਂ ਵਿਚਾਰ ਅਤੇ ਵਿਚਾਰ ਬਣਨੇ ਨੇ ਪੜ੍ਹਨ ਲਿਖਣ ਦੇ ਨਾਲ, ਉਹ ਬਣਨੇ ਨੇ ਜਦੋਂ ਸਾਡੇ ਕੋਲ ਚੰਗਾ ਗਿਆਨ ਆਏਗਾ, ਚੰਗੀ ਵਿਚਾਰ ਆਏਗੀ, ਸੋਚ ਬਦਲੇਗੀ, ਅਤੇ ਸਾਡਾ ਵਿਸ਼ਵਾਸ ਭਰੋਸਾ ਜਿਹੜਾ ਇੱਕ ਮਾਲਕ 'ਤੇ ਬਣੇਗਾ। ਖੈਰ, ਮੈਂ ਬੇਨਤੀ ਕਰ ਰਿਹਾ ਸੀ, ਸਾਨੂੰ ਸਤਿਗੁਰ ਦੀ ਬਾਣੀ ਬਾਰ ਬਾਰ ਇੱਕ ਦਾਤੇ ਦੀ ਗੱਲ ਕਰਦੀ ਹੈ, ਅਤੇ ਭਾਈ ਗੁਰਦਾਸ ਦਾ ਇੱਕ ਬਚਨ ਬੜਾ ਕੀਮਤੀ ਹੈ, ਕਹਿੰਦੇ ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ। ਉਸ ਦਾਤੇ ਦੇ ਕੋਲ ਜਾਣ ਦਾ ਕੀ ਲਾਭ ਜਿਹੜਾ ਤੁਹਾਡੀਆਂ ਲੋੜਾਂ ਸਾਰੀਆਂ ਨਾ ਪੂਰੀਆਂ ਕਰ ਸਕੇ। ਜਿਹੜਾ ਦਾਤਾ ਕਹੇ ਵੇਖੋ ਇੰਨੀਆਂ ਚੀਜ਼ਾਂ ਮੇਰੇ ਕੋਲ ਲੈ ਜਾ ਅਤੇ ਬਾਕੀ ਮੇਰੇ ਹੱਥ ਖੜੇ, ਬਾਕੀ ਤੂੰ ਅੱਗੇ ਚਲਾ ਜਾ। ਦੋ ਮਿੰਟ ਸੋਚ ਕੇ ਵੇਖੋ ਭਲਾ ਬੰਦਾ ਕੀ ਲੈਣ ਜਾਏਗਾ। ਤੁਸੀਂ ਕਿਸੇ ਆਮ ਕਰਕੇ, ਅੱਜ ਕੱਲ੍ਹ ਤਾਂ ਵੱਡੇ ਵੱਡੇ ਮੌਲ ਬਣ ਗਏ ਨੇ, ਵੀ ਉੱਥੇ ਕਿਸ ਵਾਸਤੇ ਬੰਦਾ ਜਾਂਦਾ? ਵੀ ਏ ਤੋਂ ਜੈਡ ਹਰ ਸਮਾਨ ਮੈਨੂੰ ਮਿਲ ਜਾਣਾ। ਬੰਦਾ ਉਸ ਬਾਜ਼ਾਰ 'ਚ ਸ਼ੋਪਿੰਗ ਕਰਨ ਜਾਂਦਾ ਵੀ ਜਿੱਥੇ ਮੈਨੂੰ ਸਾਰਾ ਸਮਾਨ ਆਪਣਾ ਘਰ ਦਾ ਛੇਤੀ ਮਿਲ ਜਾਏ। ਕਹਿਣ ਲੱਗੇ ਭਲਿਆ, ਧਰਮ ਦੀ ਦੁਨੀਆ 'ਚ ਵੀ ਵੇਖਣਾ, ਜਿਹੜਾ ਮਾਲਕ ਸਭ ਚੀਜ਼ਾਂ ਦੇਣ ਦਾ ਸਮਰੱਥ ਰੱਖਦਾ, ਜਿਹਦੇ ਕੋਲ ਹਰ ਇੱਕ ਚੀਜ਼ ਮਿਲ ਜਾਂਦੀ, ਇਹਨੂੰ ਛੱਡ ਕੇ ਪਾਸੇ ਤੁਰਿਆ ਫਿਰਦੇ ਨੇ? ਅੱਜ ਸਾਡੇ ਧਾਰਮਿਕ ਖਿਆਲ ਜਿਹੜੇ ਆ ਨਾ, ਇਹਨਾਂ ਦੇ ਉੱਪਰ ਐਸੀ ਉੱਲੀ ਲੱਗ ਚੁੱਕੀ ਹੈ, ਐਸੀ ਵਿਪਰਦੀ ਸੋਚ ਪ੍ਰਭਾਵ ਪਾ ਚੁੱਕੀ ਹੈ ਵੀ ਸਾਨੂੰ ਸੰਸਕਾਰ ਘਰਾਂ 'ਚੋਂ ਵੀ ਨਹੀਂ ਚੰਗੇ ਮਿਲ ਰਹੇ। ਅੱਜ ਕਿੰਨੀਆਂ ਮਾਵਾਂ ਨੇ ਜਿਹੜੀਆਂ ਸ਼ੁਰੂ ਤੋਂ ਬੱਚੇ ਦੇ ਅੰਦਰ ਵਿਸ਼ਵਾਸ ਪੈਦਾ ਕਰਨ, ਇੱਕ ਰੱਬ ਦੀ ਗੱਲ ਕਰਨ। ਕਿੰਨੇ ਪਿਤਾ ਨੇ, ਰਹੀਏ ਜਿੱਥੇ ਮਰਜ਼ੀ, ਰਹਿਣ ਦੀ ਗੱਲ ਨਹੀਂ, ਭਾਵੇਂ ਬੰਦਾ ਯੂਪੀ 'ਚ ਰਹੇ, ਭਾਵੇਂ ਬੰਦਾ ਬਿਹਾਰ 'ਚ ਰਹੇ, ਭਾਵੇਂ ਬੰਦਾ ਕਿਸੇ ਖਿੱਤੇ 'ਚ ਵੀ ਰਹੇ, ਪਰ ਆਪਣੀ ਜੀਵਨ ਸ਼ੈਲੀ ਅਤੇ ਸਤਿਗੁਰ ਦੀ ਬਾਣੀ ਨਾਲ ਅਨੁਸਾਰ ਹੋਣੀ ਚਾਹੀਦੀ ਨਾ। ਬੰਦਾ ਜਿਸ ਮਾਹੌਲ ਵਿੱਚ ਰਹੇ, ਕਈ ਵਾਰੀ ਇਹ ਮੰਨਿਆ ਜਾਂਦਾ ਜੀ ਵੇਖੋ ਜੀ ਸਾਡਾ ਸਮਾਜ ਇੱਦਾਂ ਦਾ, ਸਮਾਜ ਵਿੱਚ ਰਹਿਣ ਕਰਕੇ ਸੁਭਾਵਿਕ ਹੈ ਵੀ ਉਹਨਾਂ ਦਾ ਥੋੜ੍ਹਾ ਬਹੁਤਾ ਪ੍ਰਭਾਵ ਸਾਡੇ 'ਤੇ ਸੁਭਾਵਿਕ ਪੈ ਜਾਂਦਾ, ਪਰ ਨਹੀਂ। ਜਦੋਂ ਅਸੀਂ ਪੁਰਾਤਨ ਸਮਾਂ ਵੇਖਦੇ ਹਾਂ, ਗੁਰੂ ਕੇ ਸਿੱਖ ਦੂਰਾਂ ਦੂਰਾਂ ਤੋਂ ਆਉਂਦੇ ਸਨ। ਕੋਈ ਮੰਡੀ ਰਿਆਸਤ ਤੋਂ ਆਉਂਦਾ ਸੀ, ਕੋਈ ਯੂਪੀ ਤੋਂ ਆਉਂਦਾ ਸੀ, ਕੋਈ ਗੁਜਰਾਤ ਦੇ ਇਲਾਕੇ 'ਚ ਆਉਂਦਾ ਸੀ। ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਵੱਡੇ ਵੱਡੇ ਰਾਜੇ ਕੀਲੇ ਜਾਂਦੇ ਸਨ। ਉਹਨਾਂ ਦੇ ਜੀਵਨ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ, ਉਹਨਾਂ ਦੇ ਰਹਿਣ ਸਹਿਣ 'ਤੇ, ਉਹਨਾਂ ਦੇ ਇੱਕ ਪਰਮਾਤਮਾ ਦੇ ਭਰੋਸੇ ਤੋਂ ਵੱਡੇ ਵੱਡੇ ਰਾਜਿਆਂ ਦੇ ਥੰਮ ਡੋਲ ਗਏ, ਉਹ ਵੀ ਗੁਰੂ ਦੇ ਪਾਤਸ਼ਾਹ ਦੇ ਵਾਲੇ ਬੰਨੇ ਤੁਰ ਪਏ। ਪਰ ਅੱਜ ਕਿਉਂ ਨਹੀਂ ਹੋ ਰਿਹਾ? ਅੱਜ ਸਾਡੇ ਅੰਦਰ ਵਿਸ਼ਵਾਸ ਇੱਕ ਨਹੀਂ, ਭਰੋਸਾ ਇੱਕ ਨਹੀਂ, ਵਹਿਮ ਭਰਮ, ਅਤੇ ਵਹਿਮ ਭਰਮ ਹੁੰਦੇ ਨਿੱਕੇ ਨਿੱਕੇ ਹੀ ਨੇ ਜਿਹੜੇ ਸਾਡੇ ਅੰਦਰ ਹੌਲੀ ਹੌਲੀ ਵੱਧਦੇ ਜਾਂਦੇ ਹਨ। ਜਦੋਂ ਅਸੀਂ ਉਹਨਾਂ ਵਹਿਮਾਂ ਨੂੰ ਜਨਮ ਦਿੰਦੇ ਹਾਂ ਨਾ, ਉਹਦੀ ਪ੍ਰੈਕਟਿਸ ਕਰਦੇ ਹਾਂ ਬਕਾਇਦਾ। ਕੋਈ ਵੀ ਵਹਿਮ ਜਦੋਂ ਪਲਦਾ ਹੈ ਨਾ ਅੰਦਰ, ਉਹਦੀ ਪ੍ਰੈਕਟਿਸ ਕੀਤੀ ਜਾਂਦੀ ਹੈ। ਬਾਬੇ ਕਬੀਰ ਨੇ ਆਖਿਆ, ਭਲਿਆ ਜੇ ਸੱਚ ਦੇ ਮਾਰਗ 'ਤੇ ਤੁਰਿਆ, ਇੱਕ ਕਮਿਟਮੈਂਟ ਕਰ ਲਾ, ਗੁਰੂ ਨੇ ਇੱਕ ਪ੍ਰੋਮਿਸ ਕਰ ਲਾ, ਇੱਕ ਵਾਅਦਾ ਕਰ ਲਾ ਵੀ ਗੁਰੂ ਤੇਰਾ ਦਰ ਨਹੀਂ ਛੱਡਣਾ। ਕਿੱਡੀ ਪਿਆਰੀ ਗੱਲ ਕੀ, ਮਨ ਰੇ ਛੱਡੋ ਭਰਮ, ਭਰਮ ਛੱਡ ਦੇ, ਪ੍ਰਗਟ ਹੋਏ ਨਾਚੋ ਆ ਮਾਇਆ ਕੇ ਡਾਂਡੇ, ਸੂਰ ਕੇ ਸਨਮੁਖ ਰਣ ਤੇ ਡਰ ਪੈ ਸਤੀ, ਕੇ ਸਾਂਚੇ ਫਾਂਡੇ ਡਗਮਗ, ਛੱਡ ਰੇ ਮਨ ਬੋਰਾ, ਅਬ ਤੋ ਜਰੇ ਮਰੇ ਸਿੱਧ ਪਈ ਹੈ ਲੀਨੋ ਹੱਥ ਸੰਘੋਰਾ। ਡਗਮਗ, ਅੱਜ ਡਗਮਗ ਡਾਵਾਡੋਲ ਸਥਿਤੀ ਹੈ। ਬੰਦਾ ਡੋਲ ਰਿਹਾ, ਕਦੀ ਇੱਧਰ ਜਾ ਰਿਹਾ, ਕਦੀ ਇੱਧਰ ਜਾ ਰਿਹਾ, ਕਦੀ ਤੁਸੀਂ ਘਰ ਦੇ ਵਿੱਚ ਨਾ ਗਮਲੇ ਦੇ ਵਿੱਚ ਕੋਈ ਪੌਦਾ ਲਾਇਆ ਹੋਵੇ, ਕੋਈ ਫੁੱਲ ਲਾਇਆ ਹੋਵੇ, ਉਹਨੂੰ ਰੋਜ਼ ਹਿਲਾਈ ਜਾਓ, ਇੱਦਾਂ ਨਾਲੇ ਪਾਣੀ ਪਾਈ ਜਾਓ, ਨਾਲ ਹਿਲਾਈ ਜਾਓ, ਥੋੜ੍ਹੇ ਦਿਨਾਂ ਬਾਅਦ ਉਹਨੇ ਸੁੱਕ ਜਾਣਾ, ਕਿਉਂਕਿ ਜੜ੍ਹਾਂ ਧਰਤੀ ਨਾਲੋਂ ਅਲੱਗ ਹੋ ਜਾਣੀਆਂ। ਅੱਜ ਜੀਵਨ ਸੁੱਕੇ ਕਿਉਂ ਪਏ ਨਹੀਂ ਪਤਾ? ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਗੁਰਪ੍ਰਸਾਦ, ਸੁੱਕੇ ਸੁੱਕੇ ਦਰਖਤ, ਸੁੱਕੇ ਪੌਦੇ ਹਰੇ ਕਦੋਂ ਹੋਣਗੇ? ਜਦੋਂ ਉਹਨਾਂ ਨੂੰ ਜਲ ਮਿਲੇਗਾ, ਜਦੋਂ ਉਹਨਾਂ ਨੂੰ ਪਾਣੀ ਮਿਲੇਗਾ। ਅੱਜ ਮਨ ਸੁੱਕਾ ਕਿਉਂ ਹੈ ਭਲਾ?
ਅੱਜ ਜੀਵਨ ਸੁੱਕੇ ਕਿਉਂ ਨੇ ਪਲਾ? ਪੁਰਾਤਨ ਸਮੇਂ ਨਾਲੋਂ ਤੁਸੀਂ ਜਿੰਨੇ ਬਜ਼ੁਰਗ ਬੈਠੇ ਹੋ, ਬਜ਼ੁਰਗ ਕਈ ਵਾਰੀ ਆਪਣੇ ਬੱਚਿਆਂ ਨੂੰ ਦੱਸਦੇ, ਪੁੱਤ ਜੋ ਤੁਹਾਨੂੰ ਸੁੱਖ ਮਿਲੇ ਉਹ ਅਸੀਂ ਨਹੀਂ ਹੰਡਾਏ, ਜੋ ਸਹੂਲਤਾਂ ਤੁਸੀਂ ਮਾਣੀਆਂ ਸਾਨੂੰ ਨਹੀਂ ਮਿਲੀਆਂ, ਅੱਜ ਜੋ ਤੁਹਾਡੇ ਕੋਲ ਸਾਧਨ ਨੇ ਉਹ ਸਾਡੇ ਕੋਲ ਥੋੜ੍ਹਾ। ਪਰ ਯਾਦ ਰੱਖਣਾ, ਜਿੰਨੇ ਸਾਧਨ, ਜਿੰਨਾ ਪਦਾਰਥ ਵੱਧਦਾ ਜਾ ਰਿਹਾ, ਉਨੀ ਬੇਚੈਨੀ ਵੱਧਦੀ ਜਾ ਰਹੀ ਹੈ, ਉਨੀ ਭੁੱਖ ਵੱਧਦੀ ਜਾ ਰਹੀ ਹੈ, ਉਹਨਾਂ ਪਿਆਰ ਇਤਫਾਕ ਇਹ ਜੀਵਨ ਵਿੱਚੋਂ ਮੁੱਕਦਾ ਜਾ ਰਿਹਾ, ਸੁਭਾਅ ਚਿੜਚਿੜੇ ਕੇ ਹੁੰਦੇ ਜਾ ਰਹੇ ਨੇ। ਉਹਦਾ ਕਾਰਨ ਹੈ ਪਦਾਰਥਵਾਦੀ ਯੁੱਗ ਅੰਦਰ ਬੰਦਾ ਜ਼ਿੰਦਗੀ ਜਿਉਣੀ ਭੁੱਲ ਚੁੱਕਾ ਹੈ। ਕਹਿੰਦੇ ਕਦੀ ਬੰਦੇ ਦੇ ਕੋਲ ਇੱਦਾਂ ਦੀ ਮੰਗ ਹੁੰਦੀ ਹੈ ਵੀ ਮੈਨੂੰ ਕਿਤੇ ਕਮਰਾ ਮਿਲ ਜਾਏ, ਇੱਕ ਬੈੱਡ ਜੋਗੀ ਜਗ੍ਹਾ ਮਿਲ ਜਾਏ। ਫਿਰ ਹੌਲੀ ਹੌਲੀ ਵੱਧਦੀ ਜਾਂਦੀ ਹੈ ਤ੍ਰਿਸ਼ਨਾ ਜਿਹੜੀ ਹੈ ਨਾ, ਇਹ ਹਰ ਆਏ ਦਿਨ ਵੱਧਦੀ ਜਾਂਦੀ, ਆਏ ਦਿਨ ਵੱਧਦੀ ਜਾਂਦੀ ਹੈ। ਇੱਕ ਦਿਨ ਫਿਰ ਇੰਨੀ ਵੱਧ ਜਾਂਦੀ ਹੈ, ਘਰ ਇੰਨੇ ਬਣ ਜਾਂਦੇ ਨੇ, ਬੈੱਡ ਇੰਨੇ ਹੁੰਦੇ ਨੇ, ਉਹਨਾਂ 'ਤੇ ਸੌਣ ਦਾ ਟਾਈਮ ਨਹੀਂ ਹੁੰਦਾ ਇਹਦੇ ਕੋਲ। ਅੱਜ ਵਕਤ ਗਵਾ ਚੁੱਕਾ ਹੈ ਬੰਦਾ ਪਦਾਰਥ। ਅੜਾ ਅੱਜ ਆ ਜਿਹੜੇ ਬਰਗਰ ਵਗੈਰਾ ਨੇ, ਆਹ ਜਿਹੜੀਆਂ ਚੀਜ਼ਾਂ ਨੇ ਕਿੱਥੋਂ ਆਈਆਂ ਨੇ? ਬੰਦਿਆਂ ਦੇ ਕੋਲ ਖਾਣ ਦਾ ਟਾਈਮ ਨਹੀਂ, ਇਹੋ ਜਿਹਾ ਪ੍ਰਬੰਧ ਕਰਦਾ ਵੀ ਤੁਰਿਆ ਜਾਂਦੇ ਖਾ ਲਏ, ਵੀ ਨਾ ਇਹਦੇ ਕੋਲ ਖਾਣ ਦਾ ਟਾਈਮ, ਨਾ ਇਹਦੇ ਕੋਲ ਪਹਿਨਣ ਦਾ ਟਾਈਮ, ਨਾ ਇਹਦੇ ਕੋਲ ਖਲੋਣ ਦਾ ਟਾਈਮ, ਬੇਚੈਨੀ ਹੈ, ਚਿੜਚਿੜਾ ਸੁਭਾਅ ਹੈ। ਉਹਦੇ ਪਿੱਛੇ ਕਾਰਨ ਕੀ? ਸਤਿਗੁਰ ਦੀ ਵਿਚਾਰ ਜੀਵਨ 'ਚੋਂ ਗਵਾ ਚੁੱਕਾ ਹੈ। ਸਾਹਿਬ ਨੇ ਇਹ ਜ਼ਿੰਦਗੀ ਸਿਖਾਈ ਹੈ ਭਲਿਆ, ਇੱਕ ਤੇ ਭਰੋਸਾ ਰੱਖ, ਇੱਕ ਤੇ ਵਿਸ਼ਵਾਸ ਰੱਖ। ਤੇ ਇੱਕ ਬੇਨਤੀ ਕਰਾਂਗਾ, ਭਾਵੇਂ ਕਿ ਇਸ ਇਲਾਕੇ ਵਿੱਚ ਮੇਰੇ ਵੀਰ ਸਭ ਸੂਰਤ ਬਹੁਤ ਹਨ, ਪਰ ਜਦੋਂ ਅਸੀਂ ਨੌਜਵਾਨ ਨੂੰ ਵੇਖਦੇ, ਇੱਕ ਤਰਲਾ ਜ਼ਰੂਰ ਲੈਂਦੇ ਹਾਂ, ਦਸਤਾਰ ਜ਼ਰੂਰ ਸਜਾਓ। ਕਿਉਂਕਿ ਜਦੋਂ ਸਾਡੇ ਵੱਡੇ ਭਰਾ ਦਸਤਾਰ ਸਜਾਉਣਗੇ, ਪ੍ਰਿੰਸੀਪਲ ਸਾਹਿਬ ਤਾਂ ਹਰ ਵਾਰ ਇਹ ਗੱਲ ਕਹਿ ਦਿੰਦੇ ਨੇ, ਹਰ ਵਾਰ ਕਹਿ ਦਿੰਦੇ ਨੇ ਗੱਲ ਕਿ ਸਾਡੇ ਕਿਹੜੇ ਕਿਹੜੇ ਨੌਜਵਾਨ ਨੇ 18-18, 22-22 ਸਾਲ ਦੇ ਸਿਰਾਂ 'ਤੇ ਦਸਤਾਰਾਂ। ਮੈਂ ਹੁਣ ਤੁਹਾਡੇ 'ਤੇ ਇੱਕ ਸਵਾਲ ਕਰਦਾ ਜੀ, ਬਾਬਾ ਫਤਿਹ ਸਿੰਘ ਦੀ ਉਮਰ ਕਿੰਨੀ ਸੀ ਭਲਾ ਨੌਜਵਾਨ ਵੀਰੋ, ਦੱਸੋਗੇ? 7 ਸਾਲ ਮੰਨੀ ਜਾਂਦੀ ਵੀ 7 ਸਾਲ ਬਾਬਾ ਫਤਿਹ ਸਿੰਘ ਦੀ। ਬਾਬਾ ਜ਼ੋਰਾਵਰ ਸਿੰਘ ਦੀ ਕਿੰਨੀ ਉਮਰ ਸੀ ਭਲਾ? 9 ਸਾਲ। ਇਹ ਮੰਨਦੇ ਵੀ ਉਹਨਾਂ ਨੇ ਸਿਰ 'ਤੇ ਕੁਝ ਨਾ ਕੁਝ ਸਜਾਇਆ ਸੀ? ਜੇ ਬਾਬਾ ਫਤਿਹ ਸਿੰਘ 7, 9, 14, 18, 19 ਸਾਲ ਤੱਕ ਸਿਰ 'ਤੇ ਕੁਝ ਸਜਾ ਸਕਦੇ ਨੇ, ਮਾਰੋ ਧਿਆਨ ਅੱਜ ਆਪਣੇ ਘਰਾਂ 'ਚ ਸਾਡੇ ਬੱਚੇ ਕਿੰਨੀ ਕਿੰਨੀ ਉਮਰ ਦੇ ਨੇ ਭਲਾ। ਜੇ ਘਰ 'ਚ ਪਿਤਾ ਦਸਤਾਰ ਸਜਾਉਂਦਾ ਹੋਵੇ ਨਾ, ਪੁੱਤਰ ਹੋਰ ਨਹੀਂ ਕੋਈ, ਤਾਂ ਮਾਂ ਦੀ ਚੁੰਨੀ ਲੈ ਕੇ ਬੰਨਣ ਦੀ ਪ੍ਰੈਕਟਿਸ ਜ਼ਰੂਰ ਕਰੇਗਾ ਵੀ ਮੈਂ ਪਿਤਾ ਦੀ ਰੀਸ ਕਰਾਂ। ਜਿਹੋ ਜਿਹਾ ਘਰ ਦਾ ਮਾਹੌਲ ਹੋਏਗਾ, ਉਹੋ ਜਿਹਾ ਸਾਂਝੇ ਢਲਦਾ ਤਾਂ ਜ਼ਰੂਰ ਹੈ ਨਾ। ਜ਼ਰੂਰ ਆਪਣਾ ਸੁਭਾਅ ਬਦਲੋ, ਆਪਣੇ ਕੋਲ ਚੰਗੀਆਂ ਦਸਤਾਰਾਂ ਸਜਾਉਣ ਦੀ ਆਦਤ ਪਾ ਲਓ। ਪੰਜਾਬ ਵਿੱਚ ਤਾਂ ਸੈਂਟਰ ਖੁੱਲ੍ਹ ਗਏ, ਕਈਆਂ ਨੌਜਵਾਨ ਨਾ ਰੋਪੜ ਦੇ ਲਾਗੇ, ਇੱਕ ਨੌਜਵਾਨ ਹੈ ਪੜ੍ਹਿਆ ਲਿਖਿਆ, ਉਹਨੇ ਇੱਕ ਬਿਜ਼ਨਸ ਹੀ ਖੋਲ ਲਿਆ ਦਸਤਾਰਾਂ ਸਜਾਉਣ ਦਾ। ਉਹ ਕਹਿੰਦਾ ਮੈਂ ਹਰ ਕਲਰ ਦੀ ਦਸਤਾਰ ਸਜਾ ਕੇ ਨਾ ਰੱਖੀ ਹੋਈ ਹੈ, ਅਤੇ ਪਤਾ ਕੌਣ ਜਾਂਦੇ ਨੇ ਉਹਨਾਂ ਕੋਲੋਂ? ਜਿਹੜੇ ਜਿਨ੍ਹਾਂ ਦੇ ਆਨੰਦ ਕਾਰਜ ਹੁੰਦੇ ਨੇ ਨਾ, ਫਿਰ ਉਹਦੇ ਕੋਲੋਂ ਦਸਤਾਰ ਸਜਾ ਕੇ ਆਉਂਦੇ ਨੇ ਆਨੰਦ ਕਾਰਜ। ਅੱਗੋਂ ਪਿੱਛੋਂ ਤਾਂ ਬੰਨਣ ਦੀ ਪ੍ਰੈਕਟਿਸ ਹੁੰਦੀ ਕੋਈ ਨਹੀਂ ਹੈ, ਅਭਿਆਸ ਕੋਈ ਨਹੀਂ, ਫਿਰ ਦਸਤਾਰ ਬਣਾ ਕੇ ਉਹਦੇ ਕੋਲ ਆਉਣੀ, ਨਾਲੇ ਉਹਨੂੰ ਮਠਿਆਈ ਦਾ ਡੱਬਾ ਦੇ ਆਉਂਦੇ ਨੇ, ਨਾਲੇ ਦਸਤਾਰ ਦੇ ਪੈਸੇ ਦੇ ਆਉਂਦੇ ਨੇ, ਨਾਲੇ ਉਹਨੇ ਆਪਣੀ ਫੀਸ ਰੱਖੀ ਹੈ, ਦਸਤਾਰ ਮਿਲ ਗਈ, ਮਠਿਆਈ ਦਾ ਡੱਬਾ ਮਿਲ ਗਿਆ, ਚੰਗੇ ਹਲਵਾਈ ਜਿੰਨੀ ਉਹਦੇ ਕੋਲ ਮਠਿਆਈ ਦੀ ਰੋਪੜ ਦੇ ਇਲਾਕੇ 'ਚ ਨੌਜਵਾਨ, ਇੰਟਰਨੈਟ 'ਤੇ ਵੀ ਉਹਦੀ ਇੰਟਰਵਿਊ ਪਈ ਸੀ, ਅੰਦਾਜ਼ਾ ਲਾ ਲਓ ਜਿਹੜੀ ਦਸਤਾਰ ਸਾਡੇ ਨੌਜਵਾਨ ਵੀਰਾਂ ਬੱਚਿਆਂ ਨੇ ਘਰ 'ਚ ਸਿੱਖਣੀ ਸੀ, ਅੱਜ ਸਾਨੂੰ ਦੁਕਾਨਾਂ ਤੋਂ ਜਾ ਕੇ ਸਿੱਖਣ ਦੀ ਲੋੜ ਪੈ ਰਹੀ ਹੈ। ਕਿੱਥੇ ਪਹੁੰਚ ਗਏ ਜੀ ਅਸੀਂ? ਅਤੇ ਜੰਮੂ ਬਾਰੇ ਤਾਂ ਪ੍ਰਚਲਿਤ ਹੈ ਵੀ ਇੱਥੇ ਨੌਜਵਾਨ ਸਭ ਸੂਰਤ, ਮੇਰੇ ਖਿਆਲ 'ਚ ਪੂਰੇ ਭਾਰਤ ਨਾਲ ਸਭ ਤੋਂ ਵੱਧ ਇੱਥੇ ਹੈ। ਜਿੱਥੇ ਬਾਹਰੋਂ ਸਭ ਸੂਰਤ ਹੈ, ਉੱਥੋਂ ਵਹਿਮ ਭਰਮ ਪਖੰਡ ਕਰਮ ਕਾਂਡ ਸਭ ਕੁਝ ਛੱਡ ਕੇ ਇੱਕ ਇੱਦਾਂ ਦੀ ਵਿਚਾਰ ਪੈਦਾ ਕਰਦੀ ਵੀ ਸਾਡਾ ਸਾਰਿਆਂ ਦਾ ਸਿਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ। ਧਰ ਜੀ ਅਰੇ ਇੱਕ ਟੇਕ ਤੂੰ ਲਹਾ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ, ਗੁਰ ਪੂਰਾ ਦਿਨ ਸਿਮਰਿਆ। ਜਿਨ੍ਹਾਂ ਨੇ ਵੀ ਪੂਰੇ ਗੁਰੂ ਦੀ ਸਿੱਖਿਆ ਉੱਤੇ ਅਮਲ ਕੀਤਾ ਹੈ, ਗੁਰ ਪੂਰਾ ਦਿਨ ਸਿਮਰਿਆ ਸਹੀ ਪਏ ਨਿਹਾਲ, ਉਹਨਾਂ ਦਾ ਜੀਵਨ ਨਿਹਾਲ ਹੋ ਗਿਆ। ਕਿਉਂਕਿ ਗੁਰੂ ਦੀ ਸਿੱਖਿਆ ਉੱਤੇ ਤੁਰਨ ਵਾਲੀ ਜੀਵਨ ਪ੍ਰਸੰਨ ਹੁੰਦਾ ਹੈ, ਸਹੀ ਪਏ ਨਿਹਾਲ। ਨਾਨਕ ਨਾਮ ਆਰਾਧਨਾ, ਹੇ ਨਾਨਕ ਇੱਕ ਮਾਲਕ ਦੇ ਨਾਮ ਨੂੰ ਆਰਾਧਨਾ, ਉਹਦੇ ਗੁਣਾਂ ਨੂੰ ਜੀਵਨ ਵਿੱਚ ਸੋਣਾ, ਨਾਨਕ ਨਾਮ ਆਰਾਧਨਾ ਕਾਰਜ ਆਵੈ
ਰਾਸ ਜ਼ਿੰਦਗੀ ਦੇ ਸਮੁੱਚੇ ਕਾਰਜ ਰਾਸ ਆ ਗਏ, ਜ਼ਿੰਦਗੀ ਜਿਹੜੀ ਹੈ ਉਹ ਸੋਹਣੀ ਬਣ ਗਈ, ਖੂਬਸੂਰਤ ਜੀਵਨ ਬਣ ਗਿਆ ਪਾਤਸ਼ਾਹ ਕਿਰਪਾ ਕਰਨ। ਹੁਣ ਸਾਧ ਸੰਗਤ ਇਹ ਵਿਚਾਰਾਂ ਕਰਦੇ ਹਾਂ, ਜੇ ਕਿਸੇ ਦੀ ਸੁਰਤ ਵਿੱਚ ਕੋਈ ਸਵਾਲ ਪੈਦਾ ਹੋਇਆ ਹੋਵੇ, ਕਿਸੇ ਭੈਣ ਨੇ ਕੋਈ ਬਾਣੀ ਬਾਰੇ, ਕੋਈ ਇਤਿਹਾਸ ਬਾਰੇ, ਕੋਈ ਸਾਖੀ ਬਾਰੇ ਪੁੱਛਣਾ ਹੋਵੇ, ਕਿਉਂਕਿ ਨਿੱਕੇ ਨਿੱਕੇ ਸਾਡੇ ਸਵਾਲ ਹੁੰਦੇ ਨੇ, ਕਈ ਵਾਰੀ ਉਹ ਸਾਰੀ ਜ਼ਿੰਦਗੀ ਉੱਦਾਂ ਹੀ ਅਸੀਂ ਨਾਲ ਲੈ ਜਾਂਦੇ। ਵੈਸੇ ਕਈ ਵਾਰੀ ਸੋਚਣ ਵਾਲੀ ਗੱਲ, ਅਸੀਂ ਆਮ ਮਹਿਸੂਸ ਕਰਦੇ ਹਾਂ ਜਿਹੜੇ ਸਵਾਲ ਸਿੱਖ ਸੰਗਤ ਸਾਨੂੰ ਪੁੱਛਦੀ ਹੈ ਨਾ, ਇਹਨਾਂ ਸਵਾਲਾਂ ਦੇ ਜਵਾਬ ਤਾਂ ਸਿੱਖ ਹੁੰਦੇ ਨਾ, ਅਤੇ ਸਾਡਾ ਫਰਜ਼ ਬਣਦਾ ਸੀ ਅਸੀਂ ਦੂਸਰਿਆਂ ਨੂੰ ਦਿੰਦੇ ਆਪ। ਜਿਹੜੇ ਸਵਾਲ ਤੁਸੀਂ ਸਾਨੂੰ ਪੁੱਛਦੇ ਹੋ ਨਾ, ਅਸੀਂ ਇੰਨੇ ਐਡਵਾਂਸ ਹੁੰਦੇ ਵੀ ਜਿੰਨੇ ਵੀ ਸਿੱਖ, ਹੁਣ ਮੰਨ ਲਓ ਗੁਰਦੁਆਰੇ 'ਚ ਆਉਣ ਵਾਲਾ ਸਿੱਖ ਸਵਾਲ ਪੁੱਛ ਰਿਹਾ, ਸਿੱਖ ਗੁਰਦੁਆਰੇ 'ਚ ਆਉਣ ਵਾਲਾ ਸਿੱਖ ਸਵਾਲ ਪੁੱਛ ਰਿਹਾ, ਤੁਹਾਨੂੰ ਪੁੱਛਦਾ ਕੋਈ ਮੁਸਲਮਾਨ, ਤੁਹਾਨੂੰ ਕੋਈ ਪੁੱਛਦਾ ਹਿੰਦੂ ਵੀਰ, ਤੁਹਾਨੂੰ ਕੋਈ ਪੁੱਛਦਾ ਵੀਰ ਈਸਾਈ, ਅਤੇ ਸਿੱਖ ਉਹਨੂੰ ਜਵਾਬ ਦਿੰਦਾ। ਅੱਜ ਕੰਮ ਇਹ ਹੋ ਰਿਹਾ ਵੀ ਜਿਹੜਾ ਦਾਅਵਾ ਕਰਦਾ ਸੁੱਖ ਨਾਲ, ਮੈਨੂੰ 40 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ, ਉਹ ਆਣ ਕੇ ਪੁੱਛ ਰਿਹਾ ਜੀ ਅੱਛਾ ਜੀ ਜਿਹੜੀ ਕਿਰਪਾਨ ਸ੍ਰੀ ਸਾਹਿਬ ਭੇਟ ਕਰਨੀ ਆ, ਕੜਾਹ ਪ੍ਰਸ਼ਾਦ ਦੀ ਦੇਗ ਵਿੱਚ ਉਹ ਕਿਹੜੇ ਟਾਈਮ ਭੇਟ ਕਰਨੀ ਹੈ, ਅੱਛਾ ਜੀ ਨਿਤਨੇਮ ਦੀਆਂ ਬਾਣੀਆਂ ਕਿਹੜੀਆਂ ਕਿਹੜੀਆਂ, ਹੱਦ ਹੋ ਗਈ ਵੀ 40 ਸਾਲ ਗੁਰਦੁਆਰੇ ਆਉਂਦਿਆਂ, ਬੱਚਾ ਜਿਹੜਾ 10 ਸਾਲ ਸਕੂਲ ਜਾਂਦਿਆਂ ਹੋ ਗਏ, ਤੂੰ ਆਣ ਕੇ ਪੁੱਛੇ ਅੱਛਾ ਆਹ ਮੈਥ ਦੀ ਕਲਾਸ ਦੇ ਵਿੱਚ ਕਿਹੜੀਆਂ ਕਿਹੜੀਆਂ ਕਿਤਾਬਾਂ ਲੱਗਦੀਆਂ, ਹਿੰਦੀ ਦੀ ਕਲਾਸ ਵਿੱਚ ਕਿਹੜੀਆਂ ਕਿਹੜੀਆਂ ਕਿਤਾਬਾਂ ਲੱਗਦੀਆਂ, ਅਤੇ ਟੀਚਰ ਮੱਥੇ ਨੂੰ ਹੱਥ ਨਹੀਂ ਮਾਰੇ, ਕਦੇ ਹੱਦ ਹੋ ਗਈ ਵੀ 10 ਸਾਲ ਤੈਨੂੰ ਆਉਂਦਿਆਂ ਹੋ ਗਏ, ਤੈਨੂੰ ਇੰਨਾ ਵੀ ਨਹੀਂ ਪਤਾ ਅੱਜ ਤੱਕ। ਸਟੂਡੈਂਟ ਨੂੰ ਪਤਾ ਲੱਗ ਲੈਣਾ 2-4 ਬੱਚਿਆਂ ਨੂੰ ਅਸੀਂ ਉਲਾਹਮੇ ਤਾਂ ਦਿੰਦੇ ਹਾਂ, ਬੱਚੇ ਤਾਂ 5-7 ਸਾਲਾਂ ਦੇ ਵਿੱਚ ਬੜਾ ਕੁਝ ਸਿੱਖ ਜਾਂਦੇ, ਅਤੇ ਮਾਂ ਬਾਪ ਦਾਦੇ ਦਾਦੀ ਉਹ ਤਾਂ ਸੋ ਮਾਣ ਕਰਦੇ, ਪਤਾ ਮੈਨੂੰ ਤੂੰ ਮੈਨੂੰ ਸਮਝਾ ਨਾ, ਮੇਰੀ ਤਾਂ ਜਨਮ ਹੀ ਗੁਰਦੁਆਰੇ ਵਿੱਚ ਹੋਇਆ, ਭਾਵ ਕਿ ਮੈਨੂੰ ਤਾਂ ਗੁੜ੍ਹਤੀ ਗੁਰਦੁਆਰੇ 'ਚੋਂ ਮਿਲੀ ਹੈ, ਪਰ ਅਜੇ ਵੀ ਬਾਪੂ ਦਾ ਸਵਾਲ ਉਹ ਦਾ ਉਹ ਮੈਨੂੰ ਯਾਦ ਹੈ। ਬੰਗਲਾ ਸਾਹਿਬ ਮੈਂ ਕਥਾ ਕਰਕੇ ਬਾਹਰ ਨਿਕਲਿਆ, ਇੱਕ 60 ਸਾਲ ਦਾ ਐਡਵੋਕੇਟ ਬਜ਼ੁਰਗ ਆਇਆ, ਮੈਨੂੰ ਕਹਿੰਦਾ ਕਿਹਾ ਨਹੀਂ ਜੀ ਭੱਜ ਗਿਆ ਉਹ ਇੱਧਰ, ਮੈਂ ਉਸ ਮੈਂ ਕਿਹਾ ਜੀ ਕੀ ਹੈ, ਆ ਮੈਂ ਤੁਹਾਨੂੰ ਇੱਕ ਕਿਤਾਬ ਦਿੰਦਾ ਇਹਨੂੰ ਪੜ੍ਹੋ ਅਤੇ ਦੁਨੀਆਂ 'ਚ ਪ੍ਰਚਾਰੋ। ਮੈਨੂੰ ਉਹ ਦਫ਼ਤਰ 'ਚ ਲੈ ਗਿਆ, ਮੈਂ ਬਹਿ ਗਿਆ, ਮੈਂ ਕਿਹਾ ਵੀ ਵਧੀਆ ਗੱਲ ਹੈ, ਬੰਦਾ ਪੜ੍ਹਿਆ ਲਿਖਿਆ, ਉਹਨੇ ਮੈਨੂੰ ਦੱਸਿਆ ਮੈਂ ਐਡਵੋਕੇਟ ਹਾਂ, ਹੁਣ ਮੈਂ ਰਿਟਾਇਰ ਹੋ ਚੁੱਕਾ ਅਤੇ ਮੈਂ ਆਪਣੇ ਬੱਚਿਆਂ 'ਚ ਰਹਿ ਰਿਹਾ ਦਿੱਲੀ ਦੀ ਗੱਲ, ਹੁਣ ਤੁਸੀਂ ਸੁਣ ਕੇ ਹੈਰਾਨ ਹੋ ਗਏ ਕਿਤਾਬ ਕਿਹੜੀ ਦਿੱਤੀ ਉਹਨੇ ਮੈਨੂੰ। ਮੈਂ ਕਿਹਾ ਲਿਆਓ ਜੀ ਦਰਸ਼ਨ ਕਰਾਓ, ਚੰਗੀ ਹੋਏਗੀ, ਜ਼ਰੂਰ ਪੜ੍ਹ ਕੇ ਪ੍ਰਚਾਰਾਂਗੇ, ਅਤੇ ਪਹਿਲਾਂ ਬੋਲੀ ਜਾਵੇ ਉਹਨੇ ਲੈਕਚਰ ਕੀਤਾ 5-7 ਮਿੰਟ ਉਸ ਕਿਤਾਬ ਬਾਰੇ, ਕੱਢ ਕੇ ਨਹੀਂ ਵਿਖਾਈ ਮੈਨੂੰ, ਕਹਿੰਦਾ ਜੀ ਕਿਤਾਬ ਏਡੀ ਕਮਾਲ ਦੀ, ਜਿਗ ਅਤੇ ਇਸ ਕਿਤਾਬ ਦਾ ਪ੍ਰਚਾਰ ਕਰ ਕਰ ਕਰੀਏ ਸਾਡੀਆਂ ਲੜਾਈਆਂ ਮੁੱਕ ਜਾਣ, ਸਾਡੇ 'ਚ ਪਿਆਰ ਆ ਜਾਏ, ਇਤਫਾਕ ਆ ਜਾਏ, ਇਹ ਆ ਜਾਏ ਸਾਡੇ 'ਚੋਂ, ਕਲੇਸ਼ ਮੁੱਕ ਜਾਣ, ਗੁਰਦੁਆਰੇ ਇੱਕ ਹੋ ਜਾਣ, ਇਹ ਹੋ ਜਾਏ। ਮੈਂ ਕਿਹਾ ਲਿਆਓ ਜੀ ਦਰਸ਼ਨ ਕਰਾਓ। ਮੈਂ ਕਿਹਾ ਕਿਤਾਬ ਤੁਹਾਨੂੰ ਮਿਲੀ ਕਿੱਥੋਂ? ਕਹਿੰਦੇ ਬਸ 5 ਦਿਨ ਪਹਿਲਾਂ ਗੁਰਦੁਆਰੇ ਮਿਲੀ। ਮੈਂ ਕਿਹਾ ਕੀ ਨਾਂ ਜੀ ਇਹਦਾ? ਸਿੱਖ ਰਹਿਤ ਮਰਿਆਦਾ ਜੀ। ਮੈਂ ਕਿਹਾ ਵਾਹ। ਮੈਂ ਕਿਹਾ ਜੀ ਇਹ ਸਾਨੂੰ ਨਾ ਗੁੜ੍ਹਤੀ ਇਸ ਸਿੱਖ ਰਹਿਤ ਮਰਿਆਦਾ ਦੀ ਮਿਲੀ ਕਾਲਜ ਵਿੱਚੋਂ। ਮੈਂ ਕਿਹਾ ਇਹ ਜਿਹੜੀ ਸਿੱਖ ਰਹਿਤ ਮਰਿਆਦਾ ਨਾ ਜੀ, ਗੁੜ੍ਹਤੀ ਸਾਨੂੰ ਕਾਲਜ ਵਿੱਚੋਂ ਮਿਲੀ ਹੈ, ਜਿਵੇਂ ਬੱਚਾ ਜਨਮ ਲਵੇ ਨਾ ਅਤੇ ਪਹਿਲੀ ਵਾਰ ਉਹਦੇ ਮੂੰਹ ਨੂੰ ਕੁਝ ਨਾ ਕੁਝ ਲਾਇਆ ਜਾਂਦਾ ਨਾ, ਵੀ ਗੁੜ੍ਹਤੀ ਦਿੱਤੀ ਜਾਂਦੀ ਹੈ। ਮੈਂ ਕਿਹਾ ਇਸ ਸਿੱਖ ਰਹਿਤ ਮਰਿਆਦਾ ਕਿੰਨੇ ਸਾਲ ਬਾਅਦ ਤੁਹਾਨੂੰ ਪਤਾ ਲੱਗਾ ਜੀ? 60 ਸਾਲ ਤੁਹਾਡੀ ਉਮਰ ਹੋ ਗਈ। ਕਹਿੰਦਾ 15 ਦਿਨ ਪਹਿਲਾਂ। ਮੈਂ ਕਿਹਾ ਸਾਨੂੰ 17 ਸਾਲ ਪਹਿਲਾਂ ਪਤਾ ਲੱਗ ਚੁੱਕਾ ਸੀ, ਅਤੇ ਤੁਸੀਂ ਇੰਨੇ ਬੇਚੈਨ ਕਿਉਂ ਜੀ? ਕਹਿੰਦਾ ਮੈਨੂੰ ਪਤਾ ਹੀ ਹੋਣ ਲੱਗਾ। ਮੈਂ ਕਿਹਾ ਸ਼ੁਕਰ ਹੈ ਬਾਪੂ, ਫਿਰ ਤਗੜਾ ਹੋ ਗਿਆ, ਲੱਕ ਬੰਨ ਲਾ, ਹਰ ਗੁਰਦੁਆਰੇ ਦੇ ਗ੍ਰੰਥੀ ਨੇ ਜਾ ਕੇ ਮੱਥਾ ਮਾਰ, ਅਤੇ 5-7 ਦਿਨਾਂ 'ਚ ਤੂੰ ਥੱਕ ਜਾਣਾ। ਮੈਂ ਕਿਹਾ ਉਹਦੇ ਪਿੱਛੇ ਕਾਰਨ ਇਹ ਵੀ ਤੇਰੀ ਕਿਸੇ ਨੇ ਮੰਨਣੀ ਕੋਈ ਨਹੀਂ, ਅਸੀਂ ਪ੍ਰਚਾਰਕਾਰ ਆਉਂਦੇ ਹਾਂ, 10 ਆਉਂਦੇ ਹਾਂ, ਪਰ ਜਿਨ੍ਹਾਂ ਦੀ ਰੋਜ਼ੀ ਰੋਟੀ ਦਾ ਮਸਲਾ ਹੁੰਦਾ ਨਾ, ਜਿਨ੍ਹਾਂ ਕਮੇਟੀਆਂ ਨੂੰ ਪ੍ਰੋਬਲਮ ਆਉਂਦੀ ਹੈ, ਉਹ ਕਹਿੰਦੇ ਨੱਪ ਦਿਓ ਸਿੱਖ ਰਹਿਤ ਮਰਿਆਦਾ ਨੂੰ, ਨਹੀਂ ਤਾਂ ਸਾਡੇ ਸਮਾਜ ਵਿੱਚ ਬੜੀ ਹਲਚਲ ਮੱਚ ਜਾਣੀ ਹੈ। ਸਿੱਖ ਰਹਿਤ ਮਰਿਆਦਾ ਜ਼ਰੂਰ ਆਪਣੇ ਗੁਰਦੁਆਰਿਆਂ 'ਚ ਲਾਗੂ ਕਰੋ, ਭਾਵੇਂ ਕਿਤੇ ਵੀ ਗੁਰਦੁਆਰਾ ਹੋਵੇ, ਵਹਿਮ ਭਰਮ ਪਖੰਡ ਕਰਮ ਕਾਂਡ, ਵੈਸੇ ਬੜੀਆਂ ਮੁਸ਼ਕਲਾਂ ਸਿੱਖ ਰਹਿਤ ਮਰਿਆਦਾ ਦੀ ਕਾਪੀ ਹੱਲ ਕਰ ਦਿੰਦੀ ਹੈ। ਆ ਜਿਹੜੀਆਂ ਵਿਆਹਾਂ ਸ਼ਾਦੀਆਂ ਵੇਲੇ ਅਸੀਂ ਇੰਨੀਆਂ ਬਰਾਤਾਂ ਲੈ ਕੇ ਜਾਂਦੇ ਹਾਂ, ਕਈ ਕਹਿਣਗੇ ਜੀ ਆਨੰਦ ਕਾਰਜ 'ਚ ਬੜਾ ਖਰਚਾ ਆ ਰਿਹਾ ਅੱਜ ਕੱਲ੍ਹ। ਮੈਂ ਕਹਿੰਦਾ ਗੁਰੂ ਦੀ ਹਜ਼ੂਰੀ 'ਚ ਖਰਚਾ ਕਿੰਨਾ ਆਉਂਦਾ? ਕੱਖ ਵੀ ਨਹੀਂ ਆਉਂਦਾ। ਜੇ ਲੜਕੀ ਵਾਲੇ ਸਹਿਮਤ ਹੋ ਜਾਣ, ਲੜਕੇ ਵਾਲੇ ਸਹਿਮਤ ਹੋ ਜਾਣ, ਅਤੇ ਲੜਕੀ ਵਾਲਿਆਂ ਦੇ ਘਰ ਲੜਕੇ ਵਾਲੇ ਬਰਾਤ ਲੈ ਕੇ ਜਾਣ,
ਤੇ ਸਿਰਫ ਥੋੜੀ ਜਿਹੀ ਦੇਗ ਤਿਆਰ ਕੀਤੀ ਜਾਵੇ ਕੜਾਹ ਪ੍ਰਸ਼ਾਦੀ, ਤੇ ਨਾ ਸਦੋ ਕਿਸੇ ਗ੍ਰੰਥੀ ਪ੍ਰਚਾਰ ਨੂੰ ਲਾਵਾਂ ਪਾਉਣੀਆਂ। ਜੇ ਕਿਸੇ ਪਰਿਵਾਰ ਨੂੰ ਜੀ ਨੂੰ ਆਉਂਦੀਆਂ ਉਹ ਤਾਬਿਆ ਬਹਿ ਕੇ ਲਾਵਾਂ ਪੜ੍ਹਦੇ, ਮੇਰੇ ਖਿਆਲ 'ਚ ਉਹ ਜਿਹੜਾ ਘਿਓ ਹੈ ਦੇਸੀ ਉਹ 'ਤੇ ਖਰਚਾ ਹੋਣਾ, ਬਾਕੀ 'ਤੇ ਕੋਈ ਖਰਚਾ ਨਹੀਂ ਹੋਣਾ। ਜੇ ਪਰਿਵਾਰ ਵਾਲੇ ਨੂੰ ਆਪ ਲਾਵਾਂ ਪੜ੍ਹਨੀਆਂ ਆਉਂਦੀਆਂ, ਆਨੰਦ ਕਾਰਜ 'ਤੇ ਖਰਚਾ ਨਹੀਂ ਆਉਂਦਾ। ਖਰਚਾ ਕਾਹਤੇ ਆਉਂਦਾ ਭਲਾ, ਨੱਕ 'ਤੇ ਆਉਂਦਾ। ਅਸੀਂ ਤਾਂ ਜਾੜਾ ਧਰ ਦਿੰਦੇ ਹਾਂ ਆਨੰਦ ਕਾਰਜਾਂ ਦੇ ਨਾਂ 'ਤੇ। ਅਸੀਂ ਤਾਂ ਜਾੜਾ, ਮਾਫ਼ ਕਰਨਾ, ਜਿਵੇਂ ਜਾੜਾ ਨਹੀਂ ਹੁੰਦਾ ਜਿਵੇਂ ਪਸ਼ੂ ਜਾੜਦਾ, ਉੱਦਾਂ ਅਸੀਂ ਜਾੜਾ ਧਰਦੇ ਹਾਂ। ਵੀ ਜਿਹੜੇ ਵਿਆਹਾਂ ਸ਼ਾਦੀਆਂ 'ਤੇ ਪਤਾ ਕੀ ਹੁੰਦਾ, ਕਿਉਂਕਿ ਸਾਨੂੰ ਜ਼ਿੰਦਗੀ ਜਿਉਣੀ ਤਿਆਰ ਹੁੰਦੀ, ਇਹੋ ਜ਼ਿੰਦਗੀ ਜਿਉਣੀ ਤਾਂ ਅਸੀਂ ਗੁਰੂ ਦੇ ਕੋਲ ਬੈਠ ਕੇ ਸਿੱਖਣੀ ਸੀ। ਆਓ ਭੈਣੋ ਜਾਗ ਜਾਓ, ਸੁਚੇਤ ਹੋ ਜਾਓ, ਆਪਣੇ ਫਰਜ਼ਾਂ ਦਾ ਪਹਿਚਾਣ ਕਰੀਏ। ਨੌਜਵਾਨ ਵੀਰੋ, ਜਿੱਥੇ ਬਾਹਰੀ ਤੌਰ 'ਤੇ ਸਾਬੂ ਸੂਰਜ ਇੰਨੇ ਸੋਹਣੇ ਅਤੇ ਸੁਨੱਖੇ ਬਣ ਜਾਓ, ਅੰਦਰੋਂ ਵੀ, ਕਿ ਜਿੱਥੇ ਤੁਹਾਡੇ ਨਾਲ ਕੋਈ ਗੱਲ ਕਰੇ ਤੁਹਾਡੇ ਅੰਦਰੋਂ ਗੁਰੂ ਦੀ ਵਿਚਾਰਧਾਰਾ ਬੋਲੇ, ਤੁਸੀਂ ਆਪਣੇ ਗੁਰੂ ਬਾਰੇ ਅਗਲੇ ਨੂੰ ਦੱਸਣ ਜੋਗੇ ਹੋ ਜਾਓ। ਇੰਨੇ ਕੁ ਬਚਨ ਪ੍ਰਵਾਨ ਕਰਨੇ ਜੀ। ਹੁਣ ਅਖੀਰ ਵਿੱਚ ਭਾਈ ਗੁਰਜਨ ਸਿੰਘ ਜੀ ਰੂਪੋ ਵਾਲੀ, ਇਹਨਾਂ ਨੂੰ ਆਪਣੇ ਸਵਾਲ ਲਿਖਾ ਦਿਓ, ਉਹਨਾਂ ਦੇ ਜਵਾਬ ਸਤਿਕਾਰਯੋਗ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਪਰਮਾ ਅਤੇ ਵੀਰ ਸੁਖਵਿੰਦਰ ਸਿੰਘ ਜੀ ਦੇਰ ਸਾਡੇ ਨਾਲ ਸਾਂਝੇ ਕਰਨਗੇ। ਇਕਾਗਰਤਾ ਬਖਸ਼ਿਸ਼ ਕਰੋ, ਗੱਜ ਕੇ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।